ਸਾਤਰੀય ਕਾਲ ਤੁਸੀਂ ਦੇਖ ਰਹੇ ਹੋ ਤੱਕ ਪੰਜਾਬ ਮੈਂ ਤੁਹਾਡੇ ਨਾਲ ਸੁਖਿੰਦਰ ਸਿੰਘ ਮੇਰੇ ਨਾਲ ਕੁ ਵਿਦਵਾਨ ਡਾਕਟਰ ਪਿਆਰਾ لال ਗਰਗ ਮੌਜੂਦ ਨੇ ਕੁਝ ਅਹਿਮ ਮੁੱਦਿਆਂ ਦੇ ਉੱਤੇ ਅਸੀਂ ਚਰਚਾ ਕਰਾਂਗੇ ਸਵਾਗਤ ਹੈ ਤੁਹਾਡਾ ਡਾਕਟਰ ਸਾਹਿਬ ਕਿਰਪਾ ਕਰਕੇ ਡਾਕਟਰ ਸਾਹਿਬ ਇੱਕ ਖਬਰ ਬਹੁਤ ਚਰਚਾ ਦੇ ਵਿੱਚ ਚੱਲ ਰਹੀ ਹੈ ਨikhil gupta ਨਾਂ ਦੇ ਸ਼ਖਸ ਨੂੰ ਅਮਰੀਕਾ ਦੇ ਵਿੱਚ ਜਿਹੜਾ ਉਹ ਨਾਮਜ਼ਦ ਕੀਤਾ ਗਿਆ ਹੈ ਕਿ ਉਹ ਗੁਰਪਤਵਰਤ ਪੰਨੂ ਜੋ 64 ਜਸਟਿਸ ਦਾ ਤੇ ਖਾਲਿਸਤਾਨ ਦਾ ਝੰਡਾ ਬਰਦਾਸ਼ਤ ਹੈ ਰੈਫਰੈਂਡਮ ਕਰਵਾਉਂਦਾ ਉਸ ਦੇ ਕਤਲ ਦੀ ਯੋਜਨਾ ਘੜ ਰਿਆ ਸੀਗਾ ਅਮਰੀਕਾ ਦੀਆਂ ਕੂਪੀਆ ਏਜੰਸੀਆਂ ਨੇ ਉਹਨੂੰ ਧਰਦ ਪੋਚਿਆ ਉਹ ਹੁਣ ਇਸ ਮਾਮਲੇ ਨੂੰ ਲੈ ਕੇ ਬੜੇ ਤਰ੍ਹਾਂ ਦੇ ਸਵਾਲ ਉੱਭਰ ਕੇ ਸਾਹਮਣੇ ਆ ਰਹੇ ਨੇ ਕਿ ਇੱਕ ਤਾਂ 2024 ਦੀਆਂ ਇਲੈਕਸ਼ਨਸ ਤੇ ਜਦੋਂ ਸਵਾਲ ਇੰਡੀਅਨ ਸਟੇਟ ਦੇ ਉੱਤੇ ਜਾਂ ਕੋਪੀਆ ਏਜੰਸੀਆਂ ਭਾਰਤ ਦੀਆਂ ਉਹਨਾਂ ਦੇ ਉੱਤੇ ਉੱਠਦਾ ਹੈ ਜਾਂ ਉਹਨਾਂ ਦੇ ਜਿਹੜੇ ਸਪਾਇ ਨੇ ਜਿਹੜੇ ਵਿਦੇਸ਼ਾਂ ਦੇ ਵਿੱਚ ਕਿਤੇ ਨਾ ਕਿਤੇ ਆਪਣੇ ਕੰਮ ਕਰਦੇ ਨੇ ਜਾਂ ਪਾਕਿਸਤਾਨ ਵਗੈਰਾ ਇੱਧਰ ਉੱਧਰ ਕੰਮ ਕਰਦੇ ਨੇ ਉਹ ਤਾਂ ਸਵਾਲ ਇਹ ਉੱਠਦਾ ਹੈ ਕਿ ਆਖਿਰਕਾਰ ਉਹ ਇਹੋ ਜੀ ਕਮਜ਼ੋਰੀ ਕਿਉਂ ਵਰਤਣਗੇ ਕਿਉਂ ਮਤਲਬ ਕਿ ਆਪਣੇ ਇਸ ਜਾਲ ਦੇ ਵਿੱਚ ਆਪਣੇ ਬਣਾਏ ਵਿੱਚ ਫਸਣਗੇ ਅਰਦੀਪ ਨਿਜਰ ਦਾ ਕੈਨੇਡਾ ਚ ਕਤਲ ਹੁੰਦਾ ਟਰੂਡੋ ਸਾਹਿਬ ਬੋਲਦੇ ਨੇ ਮਾਮਲਾ ਜੂਨ 2023 ਦਾ ਹੈ ਤੇ ਹੁਣ ਤੱਕ ਇਹ ਮਾਮਲਾ ਦੱਬਿਆ ਕਿਉਂ ਰਿਹਾ ਤੇ ਇੱਕਦਮ ਇਹਦੇ ਬਾਹਰ ਹੋਣ ਦੇ ਕੀ ਕਾਰਨ ਨੇ ਇਹ ਸਵਾਲ ਲਗਾਤਾਰ ਮੇਰੇ ਮਨ ਦੇ ਵਿੱਚ ਵੀ ਨੇ ਸ਼ਾਇਦ ਦਰਸ਼ਕਾਂ ਦੇ ਵੀ ਉੱਠਦੇ ਹੋਣਗੇ ਦੇਖੋ ਜਦ ਅਸੀਂ ਸੁਖਵਿੰਦਰ ਇਹ ਸਾਰੇ ਬਰਤਾਰੇ ਨੂੰ ਦੇਖਦੇ ਆ ਇਹ ਬਰਤਾਰੇ ਚ ਬੇਸ਼ੱਕ ਅਸੀਂ ਕਹਿਣਾ ਬਈ ਸਿਆਣੂ ਵੀ ਫੜਨਾ ਹੈ ਉਹਨੂੰ ਵੀ ਫੜਨਾ ਹੋ ਸਕਦਾ ਪਰ ਪਹਿਲੀ ਨਜ਼ਰੀ ਸਮਝ ਲੈਣੀ ਚਾਹੀਦੀ ਐ 6 ਮਹੀਨੇ ਪਹਿਨਾ ਕਿ ਨਹੀਂ ਵੀਡੀਓ ਆਏ ਸੋਸ਼ਲ ਮੀਡੀਆ ਚੱਲ ਰਹੇ ਸੀ ਕਿ ਹੁਣ ਅਸੀਂ ਨਾ ਤਿਆਰੀ ਕਰ ਲਈ ਇਹਨਾਂ ਨੂੰ ਖਤਮ ਕਰਨ ਦੀ ਅਸੀਂ ਫਲਾਣਾ ਕਰਤਾ ਫਲਾਣਾ ਖਤਮ ਕਰਤਾ ਫਲਾਣਾ ਖਤਮ ਕਰਤਾ ਹੁਣ ਫਲਾਣੇ ਦੀ ਵਾਰੀ ਹੈ ਉਦੋਂ ਭਾਰਤ ਦੀਆਂ ਇਹ ਤਾਂ ਹੋ ਨਹੀਂ ਸਕਦਾ ਵੀ ਭਾਰਤ ਇੰਨਾ ਕਮਜ਼ੋਰ ਨਹੀਂ ਹੈ ਭਾਰਤ ਵਖੀਰਾ ਤੱਕੜਾ ਖੁਫੀਆ ਮੰਤਰੀ ਦਾ ਬੀਨੂੰ ਪਤਾ ਨਾ ਹੋਵੇ ਕਿ ਸੋਸ਼ਲ ਮੀਡੀਆ 'ਚ ਕੀ ਕੀ ਨੇ ਪਾਇਆ। ਹੁਣ ਜੋ ਤਾਂ ਨਵਲੱਖਾ ਹੋਰਾਂ ਨੂੰ ਅੰਦਰ ਕਰੀ ਬੈਠੇ ਨੇ ਉਹ ਈਵਨ ਪੈਗਾਸਸ ਰਹੀਂ ਪਾ ਕੇ ਦੋਸ਼ ਲਗਦੇ ਨੇ ਪਾਉਣ ਦੇ। ਪਰ ਇਹ ਤਾਂ ਹੋ ਨਹੀਂ ਸਕਦਾ ਵੀ ਉਹ ਨਾ ਪਤਾ ਬੰਦਾ ਸ਼ਰਮ ਵੀਡੀਓ ਪਾਇ ਹੋਈ ਸੀ। ਜਦੋਂ ਸ਼ਰਮ ਵੀਡੀਓ ਪਾਇ ਹੋਈ ਸੀ ਕਿ ਅਸੀਂ ਜਿਹੜੇ ਖੰਡਸਤਾਨੀ ਐਲੀਮੈਂਟ ਹੈ ਜਿਹੜਾ ਸਾਡੇ ਦੇਸ਼ ਦੇ ਵਿਰੁੱਧ ਕਾਰਵਾਈਆਂ ਕਰਦਾ ਹੈ ਅਸੀਂ ਹੁਣ ਉਹਨਾਂ ਨੂੰ ਅੰਡਰਵਰਲਡ ਦੇ ਰਹੀ ਮਰਵਾ ਦੇ। ਤੇ ਉਹਨਾਂ ਦੇ ਕੱਢ ਕੱਢੇ ਦਾ ਨਾਮ ਲੈ ਰਿਹਾ ਸੀ। ਉਦੋਂ ਸਾਡੀਆਂ ਕੋਈ ਕੋਈ ਏਜੰਸੀਆਂ ਕੀ ਕਰਦੀਆਂ ਸੀ ਇਹਦਾ ਮਤਲਬ ਚਾਹੁੰਦਿਆਂ ਸੀ ਵੀ ਥੋੜਾ ਜਿਹਾ ਪਹਿਲਾਂ ਲੋਕਾਂ ਚੜਾ ਜਾਵੇ ਅਸੀਂ ਆ ਵੀ ਕਰਾਂਗੇ ਉਹ ਵੀ ਕਰਾਂਗੇ ਉਹਦਾ ਕਾਰਨ ਕੀ ਹੈ ਜਿਹੜਾ ਭਾਰਤ ਦੇ ਵਿੱਚ ਆਮ ਬੰਦਾ ਹੈ ਪੰਜਾਬ ਨੂੰ ਛੱਡ ਕੇ ਉਹਨੂੰ ਤਾਂ ਐਂ ਲੱਗਦਾ ਵੀ ਅੱਛਾ ਇਹ ਤਾਂ ਦੇਸ਼ ਤੋੜ ਰਹੇ ਨੇ ਇਹ ਤਾਂ ਅਮਰੀਕਾ 'ਚ ਬੈਠੇ ਤਾਂ ਕੈਨੇਡਾ 'ਚ ਬੈਠੇ ਸ਼ਾਇਦ ਨਾਲ ਬੋਲ ਰਹੇ ਨੇ ਕਿਉਂਕਿ ਉਹਨੂੰ ਤਾਂ ਇਹੀ ਚਾਹੀਦਾ ਹੁਣ ਉਹਨੂੰ ਜਿਹੜਾ ਜਿਹੜਾ ਉੱਥੇ ਅਮਰੀਕਾ 'ਚ ਬੈਠਾ ਉਹਦੇ ਵਾਲੇ ਕੋਈ ਕਹਿੰਦਾ ਵੀ ਚੰਗਾ ਸੀ ਫੁੱਟੇ ਚੱਕ ਦਾਂਗੇ ਪਾ ਸਰਕਾਰ ਉਹ ਮਤਲਬ ਹੁਣ ਉਹ ਸੀ ਚਾਹੇ ਉਹ ਹਿੰਦੂਵਾਦ ਦੇ ਨਾਂ ਤੇ ਲਵੇ ਚਾਹੇ ਹਾਲਾਂਕਿ ਉਹ ਤਾਂ ਸਰਕਾਰ ਵਰ ਨਾ ਇੱਕ ਕਿਸਮ ਦਾ ਬੋਲ ਰਿਹਾ ਸੀ ਪਾਵੇਂ ਸਰਕਾਰ ਦਾ ਸਿੱਧਾ ਨਾਂ ਨਹੀਂ ਲੈ ਰਿਹਾ ਸੀ ਤੇ ਉਹ ਜਿਹੜਾ ਹੈਗਾ ਉਹਨਾਂ ਨੂੰ ਫੇਰ ਲੱਗਦਾ ਹਾਂ ਅੱਛਾ ਅਸੀਂ ਤਾਂ ਉੱਥੇ ਜਾ ਕੇ ਵੀ ਘੁਸ ਕੇ ਅਰ ਸ਼ਬਜ਼ਮਰਦਲਾ ਸੀ ਘੁਸ ਕੇ ਮਾਰਾਂਗੇ ਸੋ ਇਹ ਜਿਹੜਾ ਹੈ ਵੀ ਜਦ ਇਸ ਤਰੀਕੇ ਦਾ ਵਰਤਾਰਾ ਆਉਂਦਾ ਹੈ ਤਾਂ ਉਹਦੇ ਚੋਂ ਪੋਲੀਟਿਕਨ ਦਾ ਖਾਟਿਆ ਜਾਂਦਾ ਜਦ ਕਤਲਾਂ ਚੋ ਪੋਲਿਟਿਕਲ ਕਤਲਾਂ ਦੇ ਉੱਤੇ ਜਾਂ ਸੀਵਿਆਂ ਦੇ ਉੱਤੇ ਲਾਸ਼ਾਂ ਦੇ ਉੱਤੇ ਰਾਜਨੀਤੀ ਹੋਏਗੀ ਤੇ ਫਿਰ ਰਾਜਨੀਤੀ ਕਦੇ ਚੰਗੀ ਨਹੀਂ ਹੋ ਸਕਦੀ ਅਸੀਂ ਦੇਖਿਆ 47 ਤੋਂ ਬਾਅਦ 47 ਦੀ ਰਾਜਨੀਤੀ ਹੋਰ ਤਰ੍ਹਾਂ ਦੀ ਸੀ ਜਿੱਥੇ ਲਾਸ਼ਾਂ ਉਦੋਂ ਵੀ ਵਿਸ਼ੀਆਂ ਪਰ ਉਸ ਤੋਂ ਬਾਅਦ 84 ਦੀ ਅਸੀਂ ਰਾਜਨੀਤੀ ਦੇਖੀ ਉਹ ਲਾਸ਼ਾਂ ਦੇ ਉੱਤੇ ਹੋਈ ਸੀ ਅਸੀਂ ਉਸ ਤੋਂ ਬਾਅਦ 2002 ਦੀ ਰਾਜਨੀਤੀ ਦੇਖੀ ਉਹ ਲਾਸ਼ਾਂ ਤੇ ਹੋਈ ਸੀ ਹਰੂ ਨਾਸ਼ਾਂ ਦੀ ਰਾਜਨੀਤੀ ਨੇ 84 ਵਾਲਨ ਤੇ ਜਿਨ੍ਹਾਂ ਨੇ ਕਰਿਆ ਉਹਨਾਂ ਦਾ ਤਾਂ ਇਥੋਂ ਮੜੀਆ ਮੇਟ ਜਾਉਣ ਵਾਲੀ ਗੱਲ ਹੀ ਹੋ ਗਈ ਸੀ ਖਤ ਅਖਰੇਡੇ ਗਏ ਸੀ ਜਿਨ੍ਹਾਂ ਨੇ 2002 ਚ ਕਰਿਆ ਉਹ ਤਾਂ ਹੁਣ ਤੱਕ ਰਾਜ ਕਰ ਰਹੇ ਜੜਾ ਪੰਗ ਨਹੀਂ ਲੱਗੀ ਰੈਨਾ ਸੂਬੇ ਚ ਕਰਿਆ ਤਿੰਨ ਵਾਰ ਦਾ ਘਤਾਰ ਹੁਣ ਦੋ ਵਾਰ ਦਾ ਘਤਾਰ ਇੱਥੇ ਹੋ ਗਿਆ ਸੋ 25 ਸਾਲ ਹੋ ਗਏ ਇੱਕੋ ਥੋੜੀ ਗੱਲ ਨਹੀਂ ਆ ਸੋ ਜਦ ਅਸੀਂ ਰਾਸ਼ਾਂ ਦੀ ਰਾਜਨੀਤੀ ਕਰਦੇ ਆਂ ਜਦ ਅਸੀਂ ਰਾਜਨੀਤੀ ਦੇ ਵਿੱਚ ਘਿਰਣਾ ਪੈਦਾ ਕਰਕੇ ਰੱਖਦੇ ਆਂ ਜਦ ਅਸੀਂ ਘੱਟ ਗਿਣਤੀਆਂ ਦੇ ਪ੍ਰਤੀ ਘਿਰਣਾ ਪੈਦਾ ਕਰਦੇ ਆਂ ਔਰ ਮੈਨੂੰ ਤਾਂ ਇਹ ਵੀ ਲੱਗਦਾ ਵੀ ਇਹ ਕੂਟਨੀਤੀ ਦੀਆਂ ਗੱਲਾਂ ਹੁੰਦੀਆਂ ਨੇ ਘੱਟ ਗਿਣਤੀਆਂ ਜਿਉਂ ਕੁਝ ਇਹ ਜੇ ਬੰਦੇ ਖੜੇ ਕਰਨੇ ਜਿਹੜੇ ਬਹੁ ਗਿਣਤੀ ਉਹਦੇ ਪ੍ਰਤੀ ਉਹ ਜੀ ਅਪ ਸ਼ਬਦਾਵਲੀ ਉਹ ਜੇ ਮਾੜੇ ਸ਼ਬਦ ਉਹ ਵਰਤਦੇ ਰਹੇ ਨਾ ਕਿਉਂਕਿ ਜਦ ਅਸੀਂ ਸੁਣਦੇ ਆਂ ਇਹੋ ਜੀ ਸ਼ਬਦ ਇਹ ਤਾਂ ਨਹੀਂ ਹੁੰਦਾ ਵੀ ਹਰੇਕ ਗੱਲ ਕਿਸੇ ਨੂੰ ਸਿਖਾਈ ਜਾਂਦੀ ਹੈ ਜੋ ਉਹਨੂੰ ਹੰਤ ਤਰਰਟਨ ਕਰਾਇਆ ਜਾਂਦਾ ਉਹ ਉਹੀ ਬੋਲਦਾ ਹੈ ਇਦਾਂ ਨਹੀਂ ਹੁੰਦਾ ਇਹ ਸਾਰੇ ਜਿਹੜੇ ਮੜਾ ਮੋਟਾ ਵੀ ਜਾਣਦੇ ਨੇ ਰਾਜਨੀਤੀ ਦੇ ਤਰੀਕੇ ਨੂੰ ਉਹਨਾਂ ਨੂੰ ਪਤਾ ਹੁੰਦਾ ਹੈ ਵੀ ਕਿ ਜਿਹੜਾ ਬੰਦਾ ਬੋਲ ਰਿਹਾ ਹੁੰਦਾ ਉਹਦੇ ਪਿੱਛੇ ਹੈਂਡਲਰ ਕੌਣ ਨੇ ਤੇ ਇਸੇ ਕਰਕੇ ਉਹਨੂੰ ਛਡਾਉਣ ਵਾਲੇ ਵੀ ਹੁੰਦੇ ਨੇ ਉਹਨੂੰ ਫੜਾਉਣ ਵਾਲੇ ਵੀ ਹੁੰਦੇ ਨੇ ਉਹਦਾ ਸਾਰਾ ਲੋਕਅਫਟਰ ਕਰਨ ਵਾਲੇ ਵੀ ਹੁੰਦੇ ਨੇ ਜਿੱਥੇ ਉਹਨਾਂ ਨਾਲ ਲੱਗੇ ਹੋਣੇ ਉਹਨੂੰ ਅਰੈਸਟ ਕਰਕੇ ਫਿਰ ਉਹਨੂੰ ਅਰੈਸਟ ਕਰਦੇ ਨੇ ਜਿੱਥੇ ਉਹਨਾਂ ਨਾਲ ਲੱਗੇ ਵੀ ਨਹੀਂ ਨਹੀਂ ਅਜੇ ਫੜਨ ਦੀ ਲੋੜ ਨਹੀਂ ਆ ਉਹ ਕਰਾਉਂਦੇ ਨੇ ਸੋ ਇਹ ਸਾਰਾ ਕੁਝ ਸਾਡੇ ਸਾਹਮਣੇ ਵਾਪਰ ਗਿਆ। ਹੁਣ ਜੇ ਅਸੀਂ ਗੁਰਪਤਵੰਤ ਪੰਨਵਾਲੇ ਮਾਮਲੇ ਤੇ ਮੈਂ ਆਉਣਾ ਜੇ ਅਸੀਂ ਦੇਖੀਏ ਜਿੱਦਾਂ ਇੱਕ ਸੁਪਰਡੈਂਟ ਪੁਲਿਸ ਦਾ ਕੇਸ ਰਿਹਾ ਸੀ ਥਾਣੇ ਦੇ ਵਿੱਚ ਤੇ ਉਹਦੇ ਉਸ ਵੇਲੇ ਇੱਕ ਵਰਤਾਂਤ ਚੱਲ ਰਿਹਾ ਸੀ ਵਰਤਾਂਤ ਚੱਲ ਰਿਹਾ ਸੀ ਅਡਾਨੀ ਦਾ। ਉਹਦਾ ਰੋਜ਼ ਆ ਰਿਹਾ ਸੀ ਕਿੰਨਾ ਸ਼ੇਅਰ ਗਿਰ ਗਿਆ ਕੀ ਹੋ ਗਿਆ। 1 ਲੱਖ ਤੋਂ ਵਰਤਾਂਤ ਬਦਲ ਗਿਆ ਗੱਲ ਖਤਮ। ਉਹਦੋਂ ਆਦੋਂ ਉਹਨੂੰ ਅਰੈਸਟ ਕਰ ਜਾ ਚਾਕੇ ਬੰਦੇ ਨੂੰ। ਉਹ ਔਰ ਉਹ ਜਿਹੜੀ ਐਡੀ ਵੱਡੀ ਮੂਵਮੈਂਟ ਲੱਗਦੀ ਸੀ ਵੀ ਤਾਂ ਐ ਘੜੀ ਘੜੀ ਹੋ ਗਈ। ਔਰ ਸਾਰੇ ਜਿਹੜੇ ਸੀਗੇ ਕਿਉਂਕਿ ਸੈਂਟੀਮੈਂਟ ਵੀ ਦੇਖੋ ਜੀ ਉਹ ਤਾਂ ਬੜਾ ਸਰਪ੍ਰੰਧ ਪ੍ਰਮント ਲੀਡਰ ਹੋ ਗਿਆ ਫਲਾਣਾ ਹੋ ਗਿਆ। ਜੇ ਐਡਾ ਸਰਪ੍ਰੰਧ ਪ੍ਰਮント ਲੀਡਰ ਸੀ ਫਿਰ ਉਹਦੇ ਚ ਇਗਿਟੇਸ਼ਨ ਕਿਉਂ ਨਹੀਂ ਹੋਈ? ਫੜ ਕੇ ਉਹਨੂੰ ਡਿਬਰੂਗੜ ਜੇਲ੍ਹ ਚ ਭੇਜਤਾ, ਉਹਦੀ ਘਰ ਵਾਲੀ ਨੂੰ ਉਹ ਨਹੀਂ ਦਿੰਦਾ, ਉਹਦੇ ਪਿਤਾ ਜੀ ਨੂੰ ਨਹੀਂ ਦਿੰਦਾ ਜਦ ਕਿ ਉਹਨਾਂ ਨੂੰ ਇਹ ਗੱਲ ਵੀ ਉਹਦੀ ਘਰ ਵਾਲੀ ਨੂੰ ਕਿਉਂ ਤੁਸੀਂ ਉੱਥੇ ਜਾਂਦੀ ਨੂੰ ਰੋਕਦੇ ਹੋ, ਉਹਦੇ ਬਾਪ ਨੂੰ ਕਿਉਂ ਰੋਕਦੇ ਹੋ? ਉਨਾਂ ਨੇ ਤਾਂ ਕੋਈ ਕੁਝ ਨਹੀਂ ਕਰਿਆ ਤੁਹਾਡੇ ਸਾਹਮਣੇ ਜਾਹਰ ਤੌਰ ਤੇ ਕਿ ਉਹ ਤਾਂ ਨਵਾਂ ਹੀ ਵਿਆਹ ਹੋਇਆ ਸੀ ਪਰ ਤੁਸੀਂ ਤਾਂ ਕੋਈ ਚੀਜ਼ ਛੱਡੀ ਨਹੀਂ ਸੋ ਇਸ ਕਰਕੇ ਇਹ ਗੱਲਾਂ ਨੂੰ ਸਮਝਣ ਦੀ ਲੋੜ ਹੈ ਛਿੱਡੇ ਵੱਡੇ ਮੂਵਮੈਂਟ ਉਹ ਲੱਗਦੀ ਸੀ ਕਿ ਚਾਹਤੀ ਸੀ ਕੋਈ ਇੱਕ ਵਕਤ ਖਾਦ ਕਿਵੇਂ ਜਿਹੜੇ ਕੁਝ ਮੂਵਮੈਂਟ ਐਸੇ ਹੁੰਦੀਆਂ ਨੇ ਉਹ ਇੱਕ ਵਕਤ ਖਾਦ ਨਹੀਂ ਹੁੰਦੇ ਜਿਹੜੇ ਆਪੇ ਚੱਲੀਆਂ ਹੁੰਦੀਆਂ ਨੇ ਜਿਨ੍ਹਾਂ ਨੇ ਜਿਨੀ ਕਿਸੇ ਦੀ ਸ਼ਾਇਤ ਨਹੀਂ ਚਾਹੁੰਦੀ। ਉਹਨਾਂ ਤਾਂ ਸਮਾਂ ਤੋੜਨ ਦੀ ਕੋਸ਼ਿਸ਼ ਹੁੰਦੀ ਆ ਕਿਸਾਨਾਂ ਅੰਦਰ ਮੈਹੀ ਹੋਇਆ। ਆ ਤਾਂ ਹੋਇਆ ਕਿਸਾਨਾਂ ਅੰਦਰ ਕਿੱਥੇ? ਰੋਹ ਹੀ ਚੱਲਦਾ ਰਹਿੰਦਾ ਹਾਲਾਂਕਿ ਉਹਨਾਂ ਨੇ ਤੋੜਨ ਦੀ ਬਥੇਰੀ ਕੋਸ਼ਿਸ਼ ਕਰੀਆ। ਪਰ ਜਿਹੜੀ ਇਹ ਹੀ ਜਿਉਂ ਮੂਵਮੈਂਟਾਂ ਹੁੰਦੀਆਂ ਨੇ ਇਹਨੂੰ ਫਾਦ ਕਰਨਾ ਵੀ ਮਿੰਟਾਂ ਅੱਜ ਦੀ ਵਸੇ ਹਵਾ ਚ ਉੱਡ ਜਾਂਦੀਆਂ ਨੇ। ਅੰਨਾ ਹਜ਼ਾਰੇ ਦੀ ਮੂਵਮੈਂਟ ਕਿੱਥੇ ਲਿਗਦੀ ਸੀ? ਸਰਕਾਰ ਬਦਲ ਗਈ ਮੁੜ ਕੇ ਕਿੱਤੇ ਜਨ ਲੋਕਪਾਲ ਚਲੇ ਗਿਆ ਕਿੱਤੇ ਅੰਨਾ ਹਜ਼ਾਰੇ ਚਲਾ ਗਿਆ। ਹੁਣ ਅੰਨਾ ਹਜ਼ਾਰੇ ਕਦੇ ਬੁੱਢਿਆ ਹੀ ਨਹੀਂ। ਸਮਝੋ ਤੁਸੀਂ। ਫੇਸ ਕਰਕੇ ਇਹ ਮੂਵਮੈਂਟ ਜਿਹੜੀ ਹੈ ਜਿਹਨੂੰ ਇਹ ਕਹਿੰਦੇ ਨੇ ਇਹਦੇ ਵਿੱਚ ਸ਼ੰਕੇ ਨਹੀਂ ਕੂਰਡੀਨਟ ਕਿ ਚੱਲਣਾ ਸਾਰੇ ਦੇਸ਼ ਚਾਹਦੇ ਨੇ ਸਾਡਾ ਦੇਸ਼ ਵੀ ਚਾਹਦਾ ਕਿਉਂ ਨਹੀਂ ਚੱਲੇਗਾ ਇਹ ਸਾਡੀ ਕੋਈ ਉਹ ਕੂਪੀਆ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਅਸੀਂ ਵੀ ਤਾਂ ਕਿਸੇ ਦੀ ਕਰਾਂਗੇ ਨਾ ਇਹ ਕੋਈ ਕੁਵਿਤਾ ਤਰ ਤਰੀਕੇ ਦੇ ਨਾਲ ਕਿੰਨੇ ਸਾਰੇ ਮੂਕਾਂ ਦਾ ਪਤਾ ਵੀ ਉਹਨਾਂ ਦੇ ਆਪਣੇ ਕੂਪੀਆ ਏਜੰਟ ਹੁੰਦੇ ਨੇ ਤੇ ਉਹ ਇੱਥੋਂ ਤੱਕ ਵੀ ਹੁੰਦਾ ਕਿ ਉਹ ਮੰਨਦਾ ਨਹੀਂ ਹੁੰਦਾ ਦੇਸ਼ ਵੀ ਸਾਡਾ ਹੈ ਉਹ ਕਹਿੰਦੇ ਸਾਨੂੰ ਕੀ ਪਤਾ ਦੋ ਨੰਬਰ ਜੀ ਵੀ ਇਦਾਂ ਹੁਣ ਇਹਦੇ ਵਿੱਚ ਵਿੱਚ ਆਏ ਹੋਇਆ ਗੁਰਪਤਾਨ ਤੰਤਰ ਵਿੱਚ ਜਿਹੜਾ ਬੰਦਾ ਉਹ ਤਾਂ ਖੁਫੀਆ ਤੰਤਰ ਦਾ ਬੰਦਾ ਹੈ ਜਿਹੜੇ ਬੰਦੇ ਨੂੰ ਉਹਨੇ ਕਿਲਰ ਨੂੰ ਕੰਟੈਕਟ ਕਰਿਆ ਗਾਹਾਂ ਦੀ ਗਾਹਾਂ ਗੁਪਤ ਰਣੇ ਉਹ ਤਾਂ ਸਾਰੀ ਸਾਹਮਣੇ ਆਈ ਜਾਂਦੇ ਗਾੜ ਵੀ ਉਹ ਕਿਵੇਂ ਕਿਵੇਂ ਲੱਗਿਆ ਹੋਇਆ ਕਿੱਥੇ ਕਿੱਥੇ ਉਹਦਾ ਉਹਦਾ ਤੰਤਰ ਦੇ ਵਿੱਚ ਹੈ ਆਪਰੇਟਰ ਹੈ ਉਹ ਤੰਤਰ ਦਾ ਜੇ ਜੇ ਕਿਸੇ ਨੇ ਇਹਨੂੰ ਸਮਝ ਨਾ ਹੋਵੇ ਤਾਂ ਦੋ ਤਿੰਨ ਕਿਤਾਬਾਂ ਨੇ ਬੜੀਆ ਬਹੁਤ ਜ਼ਿਆਦਾ ਇੱਕ ਹੈਗਾ ਇਕਨੋਮਿਕ ਹਿਟਮੈਨ ਉਹਨੂੰ ਪੜ੍ਹ ਲਓ ਫਟ ਪਤਾ ਲੱਗ ਜੂ ਵੀ ਕਿਵੇਂ ਇਹ ਕੰਟਰੈਕਟ ਕਿ ਲੋਰ ਕਿਵੇਂ ਸਿਆਸ ਰਾਜਨੀਤੂ ਬਾ ਨਾ ਕਿੱਟ ਕਿ ਚ ਵੱਡੇ ਵੱਡੇ ਨੇਤਾਵਾਂ ਦਾ ਕਤਲ ਕਿਵੇਂ ਕਰਾਇਆ ਜਾਂਦਾ ਹੈ ਜੇ ਕਰਨਾ ਹੈ ਠੀਕ ਹੈ ਜੇ ਇਹ ਪੜਨਾ ਹੋਵੇ ਵੀ ਕਿਵੇਂ ਟੈਰਰਿਸਟ ਮੂਵਮੈਂਟਾਂ ਨੂੰ ਕੰਟਰੋਲ ਕਰਾਇਆ ਜਾਂਦਾ ਹੈ ਜਾਂ ਉਹਨਾਂ ਚ ਪੈਨੀਟ੍ਰੇਟ ਕਰਾਇਆ ਜਾਂਦਾ ਹੈ ਤਾਂ ਫਿਰ ਮਲੋਇਦਾਰ ਜੀ ਕਿਤਾਬਾਂ ਨੂੰ ਪੰਜਾਬ ਦੇ ਉੱਤੇ ਉਹਦੇ ਤੁਹਾਨੂੰ ਕੱਲੀ ਕੱਲੀ ਗੱਲ ਦਾ ਪਤਾ ਕੱਲ ਕੱਲ ਨਾਮ ਨਹੀਂ ਕਿਹਾ ਔਰ ਹਾਈਟ ਇਹ ਹੈ ਇਹਦੀ ਸਿਖਰ ਇਸ ਗੱਲ ਦਾ ਹੈ ਕਿ ਉਹ ਬੰਦੇ ਜਿਉਂਦੇ ਨੇ ਜਿਨ੍ਹਾਂ ਦੇ ਨਾਮ ਨੇ ਉਸ ਕਿਤਾਬ ਚ ਉਹ ਜਰਾ ਵੀ ਨਹੀਂ ਉਸ ਦੇ ਖਰਾਬ ਹੁੰਦੇ ਜੇ ਉਹਨਾਂ ਦੇ ਪ੍ਰਤੀ ਜੋ ਕੁਝ ਲਿਖਿਆ ਗਿਆ ਉਹ ਗਲਤ ਹੈ ਫਿਰ ਉਹ ਬਾਬਰ ਕੇ ਕਿਉਂ ਕਹਿੰਦੇ ਵੀ ਇਹ ਕਿਤਾਬ ਹੁਣ ਤਾਂ ਕਹਿੰਦੇ ਅਸੀਂ 25 ਸਾਲਾਂਗੇ ਫਿਰ ਕਿਤਾਬ ਕਿਉਂ ਨਹੀਂ ਛੱਡਦਾ ਕੋਈ ਕਿਤਾਬ ਦੇ ਉੱਤੇ ਕਿਉਂ ਨਹੀਂ ਬਾਬਰ ਰੋਣਾ ਔਰ ਲਿਖਿਆ ਵੀ ਜਿਹੜੀ ਕਿਤਾਬ ਅਸੀਂ ਬੀਆਈ ਦਾ ਜੁਆਇੰਟ ਡਾਇਰੈਕਟਰ ਰਹੇ ਨੇ ਤੋ ਇਸ ਕਰਕੇ ਆਪਾਂ ਨੂੰ ਜਿਹੜਾ ਹੈ ਉਹ ਹੁਣ ਤਾਂ ਹੋਰ ਬਹੁਤ ਸਬਾਕੀਆਂ ਜਿਵੇਂ ਖਾੜਿਸਤਾਨ ਦਾ ਇਹ ਹੁਣ ਸਾਬਤ ਹੋ ਗਿਆ ਹੈ ਭਾਰਤੀ ਧਰਤੀ ਦੇ ਉੱਤੇ ਵੱਡੇ ਵੱਡੇ ਅਧਿਕਾਰੀਆਂ ਦੇ ਰਾਹੀਂ ਜਿਨ੍ਹਾਂ ਨੂੰ ਇਹ ਨਹੀਂ ਕਿਹਾ ਜਾ ਸਕਦਾ ਵੀ ਉਹ ਕਿਸੇ ਦੇ ਕਹਿਚੋ ਦੇਖ ਰਹੇ ਨਹੀਂ ਉਹਦੇ ਵਿੱਚ ਬੀੜੀ ਪਾਂਡੇ ਦੀ ਕਿਤਾਬਾ ਮੇਰੇ ਕੋਲ ਸਾਹਮਣੇ ਪਈ ਹੈ ਬੀਲੀ ਪੰਡੇ ਦੀ ਕਿਤਾਬ ਜਦ ਤੁਸੀਂ ਪੜ੍ਹਦੇ ਹੋ ਜਿਹੜੇ ਗਵਰਨਰ ਰਹੇ ਸੀ ਉਸ ਵਕਤ ਸੰਜਾਬ ਦੇ ਅਸੀਂ ਵਿੱਚ ਲਿਖਿਆ ਉਹਨਾਂ ਨੇ ਉਹਨਾਂ ਦੀ ਕਿਤਾਬ ਦਾ ਆਪਾਂ ਨੂੰ ਪਤਾ ਵੀ ਕੀ ਕਿਹਾ ਤੇ ਜਿਹੜੀ ਉਹ ਦੂਜੇ ਉਹਨਾਂ ਨੇ ਲਿਖਿਆ ਸਰਦਾਰ ਜੀ ਆਈ ਆਪਣਾ ਆਈਪੀਐਸ ਨੇ ਫੋਰਨ ਸਰਵਿਸ ਵਿੱਚ ਕੰਮ ਕੰਪਲੀਤੀ ਸੀ ਨਾਲ ਉਹਨਾਂ ਦੀ ਕਿਤਾਬ ਤੇ ਇਹ ਮਲੋਈ ਧਰਜੀ ਕਿਤਾਬ ਇਹਨਾਂ ਨੂੰ ਜਦ ਤੁਸੀਂ ਪਹਿਲਾਂ ਤਾਂ ਚਲੋ ਮਾਰਕਟ ਅੰਦੀ ਦੀ ਸੀ ਫਲਾਨੀ ਸੀ ਉਹਨਾਂ ਦੇ ਉੱਤੇ ਤਾਂ ਕੋਈ ਗੱਲ ਨਹੀਂ ਐ ਪਰ ਵੱਡੀਆਂ ਹੁਣ ਤੱਕ ਤਾਬਾਂ ਆ ਗਈਆਂ ਸਾਡੇ ਸਾਹਮਣੇ ਤੇ ਉਹਨਾਂ ਨੂੰ ਜਦ ਅਸੀਂ ਪੜਦਿਆਂ ਤਾਂ ਸਾਨੂੰ ਕਾਫੀ ਕੁਝ ਜਿਹੜਾ ਹੈ ਉਹ ਪਤਾ ਲੱਗ ਜਾਂਦਾ ਹੈ ਵੀ ਗੱਲ ਕਿੱਧਰ ਨੂੰ ਗਈ ਇਹ ਬਣੀ ਕਿਵੇਂ ਗੱਲ ਤੇ ਉਹਦੇ ਵਿੱਚੋਂ ਆਪਾਂ ਹਿਸਾਬ ਲਾ ਸਕਦੇ ਹਾਂ ਵੀ ਬਈ ਅਸਲ ਇਸ਼ੂ ਤਾਂ ਕਿੱਥੇ ਖੜਾ ਹੈ ਜੇ ਅਸੀਂ ਫੇਰ ਉਹ ਨਹੀਂ ਦੇਖਣਾ ਫੇਰ ਠੀਕ ਐ ਫਿਰ ਚੱਲੀ ਜਾਣਾ ਹੁਣ ਵੀ ਹੁਣ ਕੀ ਹੋ ਰਿਹਾ ਹੈ ਕਿ ਜਿਹੜਾ ਇੰਨੇ ਚਿਰ ਤੋਂ ਬਾਅਦ ਕਿਵੇਂ ਆਈ ਡਿਪਲੋਮੇਸੀ ਚ ਜੋ ਮੈਨੂੰ ਕੋਈ ਮੈਂ ਰੂਲ ਆਊਟ ਨਹੀਂ ਕਰ ਸਕਦਾ ਕਿ ਭਾਰਤ ਦਾ ਜਿਹੜਾ ਇਸ ਦੇ ਤੌਰ ਤੇ ਸਟੈਂਡ ਰਿਹਾ ਉਹ ਅਮਰੀਕਾ ਦੀਆਂ ਜਿਹੜੀਆਂ ਲੜਾਈ ਵਾਲੀਆਂ ਗੱਲਾਂ ਨੇ ਉਹਦੇ ਨਾਲ ਨਹੀਂ ਖੜਾ ਬਟੋਰਨੇਸ਼ਨ ਬਟੋਰ ਰਾਸਟਰ ਤੇ ਮੋਦੀ ਜੀ ਦਾ ਵੀ ਯੂਕਰੇਨ ਦੇ ਯੁੱਧ ਤੱਕ ਅਮਰੀਕਾ ਦੇ ਨਾਲ ਨਹੀਂ ਖੜਾ ਹੋਇਆ ਪਰ ਆ ਜਿਹੜਾ ਇਜ਼ਰਾਈਲ ਤੇ ਹਮਸਾਲਾ ਝਗੜਾ ਹੈ ਇਹਦੇ ਵਿੱਚ ਮੋਦੀ ਜੀ ਮਜਾਤੇ ਖੁੱਤਾ ਇਜ਼ਰਾਈਲ ਦੇ ਨਾਲ ਖੜੇ ਨੇ ਅਮਰੀਕਾ ਦੇ ਨਾਲ ਖੜੇ ਨੇ ਪਰ ਦੇਸ਼ ਦੇ ਤੌਰ ਤੇ ਅਜੇ ਵੀ ਵੀ ਨਹੀਂ ਇਹ ਹੋਣਾ ਚਾਹੀਦਾ ਹੁਣ ਇਹ ਵੀ ਸਿਰਫ ਇਹ ਵੀ ਦੇਖੋ ਜੀ ਜੰਦਬੰਦੀ ਕਰਾਤੀ ਜੀ ਐਨੇ ਦਿਨ ਦੀ ਹੁਣ ਅੱਗੇ ਵੀ ਕਰਾ ਦੇਣਗੇ ਕੋਲ ਹੈ ਠੀਕ ਹੈ ਉਹ ਗਾਜ਼ਾ ਪੱਟੀ ਵੈਸਟ ਬੈਂਕ ਜੋ ਹੀ ਹੈ ਉਹਦੇ ਵਿੱਚ ਜਿੱਥੇ-ਜਿੱਥੇ ਇਹ ਲੜਾਈ ਜਿੰਨੇ ਬੰਦੇ ਮਾਰੇ ਗਏ ਨੇ ਜਿੰਨਾ ਬੁਰਾ ਹਾਲ ਹੋਇਆ ਉਹ ਚ ਸਾਰੇ ਕਾਸੀ ਚੋਂ ਤੇ ਅਮਰੀਕਾ ਦੀ ਅੱਜ ਇਹ ਦੋੜਾ ਚ ਕੋਸ਼ਿਸ਼ ਵੀ ਕਰਦੇ ਆ ਯੂਕਰੇਨ ਜੰਦੂਵਾਰੇ ਵੀ ਇਹ ਕਿਹਾ ਜਾ ਰਿਹਾ ਹੈ ਕਿ ਉਹ ਜਿਹੜਾ ਜੇਮਿੰਸਕੀ ਆ ਉਹ ਤਾਂ ਅਮਰੀਕਾ ਦੇ ਮਤਲਬ ਚਾਹ ਰਿਹਾ ਕਿਉਂਕਿ ਉਹਨੂੰ ਨਾਟੋ ਚ ਰਲਾਉਣ ਦੀ ਗੱਲ ਹੈ ਤੇ ਉਸ ਦੇ ਤੇ ਜਿਹੜਾ ਹੈ ਉਹ ਰੂਸ਼ੀਆ ਦੇ ਖਿਲਾਫ ਜਿਹੜਾ ਹੈ ਤਾਂ ਕਿ ਉਹਨੂੰ ਵਰਤਿਆ ਜਾਵੇ ਉਮਰਿਕਾ ਕਰਾ ਰਿਹਾ ਇਹ ਕਹਿ ਦਿੱਨਾ ਪਰ ਭਾਰਤ ਉਸ ਗੱਲ ਦੇ ਉੱਤੇ ਨਿਊਟਰਲ ਰਿਹਾ ਵੀ ਨਹੀਂ ਅਸੀਂ ਵੋਟ ਕਿਸੇ ਦੇ ਵੀ ਹੱਕ ਚ ਨਹੀਂ ਪਾਉਣੇ ਤੇ ਯੁਵਨ ਨੇ ਜਦੋਂ ਸਿੱਧਾ ਹੀ ਚੈਲੰਜ ਕਰ ਦਿੰਦੇ ਨੇ ਪਹਿਲਾਂ ਜਦ ਉਹਦੇ ਤੇ ਆਪਣਾ ਹਮਲਾ ਕਰਿਆ ਸੀ ਇਹਨਾਂ ਨੇ ਅਰਬ ਦੇ ਵਿੱਚ ਤੇ ਉਦੋਂ ਇਹਨਾਂ ਨੇ ਸਪਸ਼ਟ ਕਹਿ ਦਿੱਤਾ ਸੀ ਵੀ ਅਮਰੀਕਾ ਨੇ ਵੇਸਦਾਬ ਦੇ ਦੇਸ਼ ਦੇ ਹਿੱਤ ਬਚਾਉਣੇ ਨੇ ਅਸੀਂ ਨਹੀਂ ਮੰਨਦੇ ਵੀਟੋ ਕਰ ਦਿੰਦੇ ਨੇ ਵੀਟੋ ਉਹਨਾਂ ਕੋਲ ਪਾਵਰ ਹੈ ਸੋ ਵੀਟੋ ਦੀ ਪਾਵਰ ਹੋਣ ਕਰਕੇ ਵੀਟੋ ਕਰ ਦਿੰਦੇ ਨੇ ਨਹੀਂ ਮੰਨਣਗੇ ਅੱਜ ਸਾਡੇ ਸਾਹਮਣੇ ਜਿਹੜਾ ਵੱਡਾ ਸਵਾਲ ਇਹ ਆ ਰਿਹਾ ਹੈ ਕਿ ਗੁਪਤਪੰਤ ਪੰਨੂ ਰੋਜ਼ ਕੋਈ ਨਾ ਕੋਈ ਕੋਈ ਨਾ ਕੋਈ ਦੇ ਰਿਹਾ ਹੈ ਪਰ ਉਹ ਇੱਕ ਗੱਲ ਕਹਿ ਰਿਹਾ ਉਹ ਨਹੀਂ ਤਾਂ ਉਹ ਤੋੜ ਬੰਨੇ ਕਰ ਰਿਹਾ ਉਹਦੇ ਬੰਦੇ ਕਰਦੇ ਨੇ ਉਹ ਕਹਿੰਦਾ ਮੈਂ ਤਾਂ ਸ਼ਾਂਤ ਵਿੱਚ ਤਰੀਕੇ ਨਾਲ ਕਰਦਾ ਹਾਂ ਸ਼ਾਂਤ ਵਿੱਚ ਤਰੀਕੇ ਨਾਲ ਖਾਨਸਤਾਨ ਕਹਿਣਾ ਵੀ ਇਹ ਤਾਂ ਕੋਈ ਐਡੀ ਵੱਡੀ ਗੱਲ ਨਹੀਂ ਹੈ ਨਾ ਉਹ ਕਹਿੰਦਾ ਮੈਂ ਰੈਫਰੈਂਡਮ ਕਰਾਉਣਾ ਹੈ ਕਰਾਈ ਜਾਂਦਾ ਇੱਥੇ ਭਾਰਤ ਵਿੱਚ ਤਾਂ ਉਹਦਾ ਹੋ ਨਹੀਂ ਸਕਿਆ ਬਾਹਰ ਤੋਂ ਉਹਨੇ ਕਰਾਈ ਲਿਆ ਕੈਨੇਡਾ ਜਾ ਕੇ ਕਰਾਇਆ ਕਿੱਥੇ ਕਰਾਇਆ ਕੁਕਬਾ ਹਰਮਨ ਤਾਂ ਕੋਈ ਜੇਲਾ ਬੰਦਾ ਕਹਿੰਦੇ ਜਿਸ ਤਣ ਲੱਗੇ ਸੋਤਨ ਜਾਣੇ ਔਰ ਕੇ ਜਾਣੇ ਪੀਰ ਪਰਾਇ ਬਾਹਰਲੇ ਤਾਂ ਰੈਫਰੈਂਡਮ ਕਰੀ ਜਾਣ ਖਾਲਸਾਣ ਲਿਖੀ ਜਾਣ ਉਹਦੇ ਨਾਰੇ ਲਿਖੀ ਜਾਣ ਉੱਥੇ ਤਾਂ ਕਿਸੇ ਨੇ ਕਿਸੇ ਨੂੰ ਨਹੀਂ ਕਿਸੇ ਦਾ ਵਪਾਰ ਨਹੀਂ ਕਿਸੇ ਨੇ ਕਿਸੇ ਨੂੰ ਕਿਸੇ ਹੀ ਨਹੀਂ ਫੜਨਾ ਕਿਸੇ ਨੂੰ ਕਿਸੇ ਨੇ ਅੰਦਰ ਨਹੀਂ ਕਰਨਾ ਇੱਥੇ ਜਿਹੜਾ ਰਹਿੰਦਾ ਉਹਨੂੰ ਪਤਾ ਹੈ ਨਾ ਵੀ ਕੀ ਹੁੰਦਾ ਦੂਜੀ ਗੱਲ ਇੱਥੇ ਤਾਂ ਪੰਜਾਬ ਦੇ ਲੋਕਾਂ ਨੇ ਤਾਂ ਕੋਈ ਜੇ ਜੇ ਰੈਫਰੈਂਡਮ ਦੀ ਕੋਈ ਕਹਿੰਦੇ ਨੇ ਵੀ ਕਲਾ ਕੇ ਦੇਖ ਲਓ ਜੀ ਇੱਥੇ ਫਿਰ ਕਰ ਲੈਂਦੇ ਉਹਨਾਂ ਤੇ ਕਹਾਂ ਸੀਧ ਕਰੋ ਤੇ ਕਰ ਲੈਂਦੇ ਆਪੇ ਕਿਉਂ ਨਹੀਂ ਕਰਿਆ ਰੈਫਰੈਂਡਮ ਤਾਂ ਉਹਨੇ ਕਾਲ ਦਿੱਤੀ ਹੋਈ ਸੀ ਨਾ ਨਹੀਂ ਹੋਇਆ ਫੇਸ ਕਰਕੇ ਇਸ ਤਰ੍ਹਾਂ ਹੀ ਪਤਾ ਲੱਗਦਾ ਹੈ ਕਿ ਜਿਹੜਾ ਗੁਰਪਤਵੰਤ ਪੰਨੂ ਕਾਲੇਸਤਾਨ ਦੀ ਗੱਲ ਕਰਦਾ ਹੈ ਸਭ ਕੁਝ ਕਰਦਾ ਹੈ ਉਹਨੇ ਇੰਟਰਵਿਊਆਂ ਦਿੱਤੀਆਂ ਨੇ ਉਹਦੇ ਇੰਟਰਵਿਊਆਂ ਨੇ ਵੀ ਹਾਂ ਮੈਂ ਬੰਦੇ ਭੇਜਦਾ ਮੈਂ ਆਰਮੀ ਰਿਕਰੂਟ ਕਰ ਰਿਹਾ ਆਰਮੀ ਚ ਭਾਗ ਉਹਦਾ ਇਹ ਨਹੀਂ ਆ ਵੀ ਜਿਹੜੇ ਚਾਤੂ ਕੀ ਫਿਰਦੇ ਨੇ ਜਿਹੜੇ ਵੈਂਡ ਵੈਗਨ ਮੇਰਾ ਕੰਮ ਕਰਨਗੇ ਜਿਹੜ ਨੂੰ ਆਖਿਆ ਵੀ ਤੂੰ ਲੋਕਾਂ ਨੂੰ ਫਸਾ ਕੇ ਭਰਾ ਹੁੰਦਾ ਕਹਿੰਦਾ ਠੀਕ ਹੈ ਮੈਂ ਉਹਨਾਂ ਨੂੰ ਦੁਨੀਆ ਨਹੀਂ ਪਹੁੰਚ ਜਾਣੀ ਪਾਕਿਸਤਾਨ ਇੰਟਰਵਿਊ ਦੇ ਤੇ ਵਾਕਿਆ ਤਾਂ ਉਹਦੇ ਇੰਟਰਵਿਊ ਚ ਕੱਲੀ ਕੱਲੀ ਗੱਡ ਕਹੀ ਆ ਉਸਨੇ ਸੋ ਇੱਥੇ ਆਪਾਂ ਨੂੰ ਪਤਾ ਹੈ ਵੀ ਨਵਾਂ ਸ਼ਹਿਰ ਦੇ ਵਿੱਚ ਯੂਪੀਏ ਦੇ ਅੰਡਰ ਬੱਚੇ ਜਿਹੜੇ ਮੋਗੇ ਦੇ ਵਿੱਚ ਉਹ ਆਪਣਾ ਉਹਨਾਂ ਦੀ ਸੈਕਟਰੀ ਰੋਲ ਤੇ ਉਹਨਾਂ ਨੇ ਕਈ ਸੇ ਨਿਸ਼ਾਂਟਲ ਅਫਜ ਨੂੰ ਖਾਲਸਤਾਨ ਦਾ ਝੰਡਾ ਕਹਿੰਦੇ ਨੇ ਤੇ ਫਿਰ ਜਿਹੜੀਆਂ ਹੋਰ ਇੱਕ ਦੋ ਗੱਲਾਂ ਇਸ ਤਰ੍ਹਾਂ ਖਾਲਸਤਾਨ ਦੇ ਨਾਂ ਤੇ ਹੋਈਆਂ ਨੇ ਉਹਦੇ ਵਿੱਚ ਇੱਕ ਵਾਰੀ ਇੱਥੇ ਵੀ ਅਸੀਂ ਤਾਂ ਗੱਡੀਆਂ ਰੋਕਾਂਗੇ ਇੱਥੇ ਫਿਰ ਉਹ ਤਾਂ ਗੁਰਪਤਵੰਤ ਦਾ ਤਾਂ ਕੋਈ ਬੰਦਾ ਹੈ ਨਹੀਂ ਸੀ ਉਰੇ ਉੱਥੇ ਫਿਰ ਇੱਕ ਸ਼ਿਵਸ਼ਨ ਵਾਲੇ ਚਲੇ ਗਏ ਸ਼ਿਵਸ਼ਨ ਆ ਕੇ Hindu Sena ਜੋ ਵੀ ਹੈ ਲੁਧਿਆਣੇ ਦੀ ਉਹ ਪਾਇਆ ਹੋਇਆ ਚੋਗੜ ਨਾ ਭਾਰੀ ਜਿਹਾ ਬੰਦਾ ਉੱਥੇ ਖੜਾ ਉਹਨੂੰ ਪੱਤਰਕਾਰ ਪੁੱਛੀ ਜਾਵੇ ਤੂੰ ਦੱਸ ਇੱਥੇ ਕਾਦੇ ਵਾਸਤੇ ਕਰਨਾ ਹੁਣ ਤਾਂ ਸਾਰੀ ਇਹਨਾਂ ਨੇ ਫਿਰ ਬਾਕੀ ਜਗ੍ਹਾ ਤੇ ਇੱਥੇ ਤਾਂ ਕੋਈ ਆਇਆ ਨਹੀਂ ਰਹਿਣਾ ਲੋਕ ਨਾ ਹਮ ਆਏ ਕਰਾਂਗੇ ਜੋ ਕਰਾਂਗੇ ਉਹ ਕਰਾਂਗੇ ਕਿਉਂਕਿ ਇਹ ਤਾਂ ਇਹ ਪਤਾ ਲੱਗਦਾ ਹੈ ਵੀ ਕਿਤੇ ਨਾ ਕਿਤੇ ਜਿੱਥੇ ਮਾਮਲਾ ਹੈ ਹੀ ਨਹੀਂ ਉੱਥੇ ਵੀ ਅੱਗ ਲਾਉਣ ਦੀ ਜੇ ਕੋਸ਼ਿਸ਼ ਕਰੋ ਹੋ ਰਹੀ ਹੈ ਕਿਸੇ ਵਿਸ਼ੇਸ਼ ਧਾਰਮਿਕ ਤਰੀਕੇ ਨਾਲ ਇਹਦਾ ਮਤਲਬ ਕਿਤੇ ਨਾ ਕਿਤੇ ਉਹਨਾਂ ਦੇ ਪਿੱਛੇ ਕੋਈ ਤਾਕਤ ਹੈ ਇਦਾਂ ਤਾਂ ਹੈ ਨਹੀਂ ਵੀ ਕੱਲਾ ਬੰਦਾ ਕੋਈ ਬੰਦਾ ਜਿੰਨਾ ਮਰਜ਼ੀ ਉਹ ਪੜਿਆ ਲਿਖਿਆ ਹੋਵੇ ਜਿੰਨਾ ਮਰਜ਼ੀ ਅਮੀਰ ਹੋਵੇ ਜਿੰਨੇ ਮਰਜ਼ੀ ਉਹਦੇ ਕੋਲ ਤਾਕਤ ਹੋਵੇ ਉਹ ਐਡੀ ਜ਼ੁਰਤ ਨਹੀਂ ਕਰ ਸਕਦਾ ਵੀ ਉਹ ਸਰਕਾਰ ਦੇ ਖਿਲਾਫ ਉਹ ਬੋਲ ਸਕਦਾ ਹੈ ਬਹੁਤ ਕੁਝ ਕਰ ਸਕਦਾ ਹੈ ਪਰ ਤੋੜਪੰਨ ਦੀ ਕਾਰਵਾਈ ਕਿ ਪਹਿਲੀ ਤਾਂ ਉਹੀ ਸਿਆਣਪ ਹੁੰਦੀ ਹੈ ਤੋੜਪੰਨ ਦੀਆਂ ਕਾਰਵਾਈਆਂ ਕਿਉਂ ਕਰੀਆਂ ਜਾਂਦੀਆਂ ਨੇ ਰਾਸ਼ਟਰ ਵਿਰੋਧੀ ਨਹੀਂ ਹੋ ਸਕਦਾ ਉਹ ਜੇ ਰਾਸ਼ਟਰ ਵਿਰੋਧੀ ਗੱਲਾਂ ਕਰੀਆਂ ਜਾਂਦੀਆਂ ਨੇ ਸ਼ਰੇਆਮ ਹੀ ਇਹਦਾ ਮਤਲਬ ਉਹ ਰਾਸ਼ਟਰਪਤੀ ਹੈ ਜਾਂ ਨਹੀਂ ਹੈ ਪਰ ਛੇ ਲਈ ਅਸੀਂ ਗੱਲਾਂ ਕਰਕੇ ਜਾਣ ਕੇ ਭੜਕਾਰਿਆ ਉਹ ਰਾਸ਼ਟਰਪਤੀ ਹੋਏਗਾ ਜਦੋਂ ਭੜਕਾਰਿਆ ਲੋਕਾਂ ਨੂੰ ਹਾਂ ਉਹ ਗੱਲ ਵੱਖਰੀ ਹੈ ਕਿ ਜਿਹੜਾ ਨਹੀਂ ਵੀ ਪੜਕਾਉਂਦਾ ਸੱਚ ਦੇ ਇਨਸਾਫ ਦੀ ਮੰਗ ਕਰਦਾ ਉਹਨੂੰ ਵੀ ਤੁਸੀਂ ਰਾਸ਼ਟਰਪਤੀ ਕਹ ਲਓ ਕਿਉਂਕਿ ਹੁਣ ਆ ਜਿਹੜੀ ਨਿਊਜ਼ ਕਰਕੇ ਐਫ ਆਈ ਆਰ ਹੋਈ ਹੈ ਮੈਂ ਪੜੀ ਆ ਕਿ ਉਹਦੇ ਵਿੱਚ ਕਿਸਾਨ ਅੰਦੋਲਨ ਨੂੰ ਕਿਹਾ ਵੀ ਕਿਸਾਨ ਅੰਦੋਲਨ ਦੀ ਜਿਨ੍ਹਾਂ ਨੇ ਖਬਰਾਂ ਲੱਕੜੀਆਂ ਤੁਸੀਂ ਇਹ ਕਰੀਆਂ ਉਹਨਾਂ ਤੇ ਦੋਸ਼ ਹੀ ਰਿਹਾ ਇਹ ਤੁਸੀਂ ਰਾਸ਼ਟਰਵ੍ਰਧੀ ਕਾਰਵਾਈਆਂ ਕਰੀਆਂ ਸਰਕਾਰ ਦੇ ਖਿਲਾਫ ਬੇਚੈਨੀ ਪੈਦਾ ਕਰੀ ਤੁਸੀਂ ਲੋਕਾਂ ਦਾ ਜੀ ਨਾ ਦੁੱਬਰ ਕਰਕੇ ਰੱਖਿਆ ਮਤਲਬ ਅਸਲੀ ਕਿਸਾਨਾਂ ਦਾ ਦੁੱਬਰ। ਸੋ ਇਸ ਕਰਕੇ ਰਾਸ਼ਟਰਵ੍ਰਧੀ ਕੀ ਆ ਕੀ ਨਹੀਂ ਇਹ ਵੀ ਹੁਣ ਤਾਂ ਇਹ ਵੀ ਔਖਾ ਹੋ ਗਿਆ। ਇਹ ਡਿਫਾਈਨ ਕਰਨਾ ਵੀ ਔਖਾ ਹੋ ਗਿਆ। ਸੋ ਗੁਰਪ੍ਰਸੰਤ ਪੰਨੂ ਕੀ ਕਰਦਾ ਕੀ ਨਹੀਂ ਕਰਦਾ ਪਰ ਜਦ ਉਸ ਦਾ 5 ਮਹੀਨੇ ਪਹਿਲਾਂ ਦਾ ਇਹ ਵਾਕਾ ਹੈ ਉਦੋਂ ਹੀ ਨਿਜਰ ਦਾ ਕਤਲ ਹੋਇਆ ਸੀ ਉਹ ਸਾਰੇ ਇੱਕ ਦੂਜੇ ਨਾਲ ਜੁੜੇ ਹੋਣ ਦੀ ਗੱਲ ਹੈ ਅੱਜ ਤਾਂ ਇਹ ਵੀ ਆ ਰਿਹਾ ਵੀ ਉਹਦਾ ਜਿਹੜਾ ਨਾਲ ਦਾ ਸੀ ਨਿਜਰ ਦੇ ਉਸੇ ਬੰਦੇ ਨੂੰ ਹੀ ਫੜਿਆ ਗਿਆ ਤੇ ਉਸੇ ਦੇ ਬਿਆਨ ਜੋ ਲੋਰੇ ਆ ਸੋ ਉਹਦੇ ਉੱਤੇ ਭਾਰਤ ਦੀਆਂ ਏਜੰਸੀਆਂ ਚੁੱਪ ਕਿਉਂ ਰਹੀਆਂ ਜਦ ਇਹੋ ਜਿਹੀ ਬਿਆਨਬਾਜ਼ੀ ਚੱਲ ਰਹੀ ਸੀ ਕਿ ਅਸੀਂ ਹੁਣ ਫੜ ਕੇ ਮਾਰਾਂਗੇ ਕੁਸਕੇ ਮਾਰਾਂਗੇ ਇਹ ਸਵਾਲ ਹੈ ਵੱਡਾ ਦੂਜਾ ਸਵਾਲ ਇਹ ਵੀ ਹੈ ਵੀ ਜਨ ਇਹ ਗੁੱਸਪਤ ਪੰਨੂ ਤੇ ਵੀ ਉਦੋਂ ਹੋ ਰਿਹਾ ਸੀ ਉਦੋਂ ਦਾ ਹੁਣ ਕਿਉਂ ਕੱਢਿਆ ਗਿਆ ਤੁਸੀਂ ਵੀ ਰੇਜ਼ ਕਰਿਆ ਇਹ ਖੜਾ ਕਰਿਆ ਸਵਾਲ ਇੱਕ ਸਵਾਲ ਹੋਰ ਵੀ ਹੈ ਜਦ ਇਹ ਚ ਮੋਦੀ ਸਾਹਿਬ ਆ ਕੇ ਗਏ ਸੀ ਤੇ ਉਹ ਪੁਲਤੇਕਰ ਗੇ ਸਹੀ ਖੜੇ ਰਹੇ ਫਿਰਗੇ ਕੀ ਰਸਤਾ ਨਹੀਂ ਸੀ ਅੱਗੇ ਤੇ ਉਹਨਾਂ ਦੇ ਬੀਜੇਪੀ ਦੇ ਵਰਕਰ ਮੇ ਰਹੇ ਸੀ ਪਰ ਫਿਰ ਮੁੜ ਕੇ ਆ ਕੇ ਜਾਂਦੇ ਹੋਏ ਕਹਿ ਗਏ ਕਿ ਆਪਣੇ ਪ੍ਰਧਾਨ ਮੰਤਰੀ ਆਪਣੇ ਰਾ ਇਸ ਕੋ ਮੁੱਖ ਮੰਤਰੀ ਕੋ ਭੁੱਲ ਦਿਨਾ ਕਿ ਮੈਂ ਬਚ ਕੇ ਜਾ ਰਹਾ ਇਥੇ ਤਾਂ ਕੋਈ ਮਤਲਬ ਸਾਡੇ ਪ੍ਰਧਾਨ ਮੰਤਰੀ ਜੀ ਤੇ ਕਿਸੇ ਨੇ ਕੋਈ ਹਮਲਾ ਨਹੀਂ ਕਰਨਾ ਸੀ ਕੁਝ ਨਹੀਂ ਕਰਨਾ ਸੀ ਔਰ ਕਰਿਆ ਨਹੀਂ ਕਿਸੇ ਨੇ ਕੋਈ ਕੋਈ ਐਸੀ ਗੱਲ ਨਹੀਂ ਸੀ ਕਿ ਜਾਦੇ 4-5 ਦਿਨਾਂ ਵਿੱਚ ਕੁਝ ਵੀ ਨਾ ਹੋਇਆ ਫਿਰ ਉਹਨੂੰ ਪ੍ਰਧਾਨ ਮੰਤਰੀ ਜੀ ਨੇ ਜੋ ਕੁਝ ਕਿਹਾ ਹੋਵੇ ਬਹੁਤ ਬੜੇ ਸ਼ਖਸੀਅਤ ਨੇ ਉਤਾ ਫਿਰ ਉਹਨੂੰ ਸੱਚ ਵੀ ਤਾਂ ਸਾਬਤ ਕਰਨਾ ਹੁੰਦਾ ਗੁਰਪ੍ਰਧਾਨ ਪੰਨੂ ਨੇ ਬਿਆਨ ਦਿੱਤਾ ਸੀ 5 ਕ ਦਿਨਾਂ ਬਾਅਦ ਕਿ ਅਸੀਂ ਤਾਂ ਹਮਲਾ ਕਰਨਾ ਸੀ ਉਦੋਂ ਪਹਿਲਾਂ ਉਹਦਾ ਨਾ ਕੋਈ ਬਿਆਨ ਸੀ ਨਾ ਕੋਈ ਹੂੰ ਤਾਂ ਬਿਆਨ ਪੰਡਿਤ ਅੰਦਾ ਉਹ ਕਹਿੰਦੇ ਨਹੀਂ ਮੈਂ ਕੋਈ ਗੁਪਤ ਕਾਰਵਾਈ ਕਰ ਰਿਹਾ ਉਹ ਤਾਂ ਕਹਿੰਦਾ ਮੈਂ ਤਾਂ ਓਪਨ ਕਰਦਾ ਸਾਰਾ ਕੁਝ ਵੀਡੀਓ ਪਾਉਂਦਾ ਕੋਈ ਡਰ ਉਹਦਾ ਰੋਜੀ ਬੋਲਦਾ ਜਾਂ ਤਾਂ ਹੋਵੇ ਨਾ ਇੱਕ ਦਿਨ ਗੱਲ ਕਰਦਾ ਹੋ ਤਾਂ ਰੋਜੀ ਉਹਦਾ ਦਾ ਪੂਰਾ ਮਤਲਬ ਫੈਸਲਾ ਇਹ ਇਸ ਕਰਕੇ ਮੈਨੂੰ ਇਹ ਲੱਗਦਾ ਇੱਥੇ ਹੁਣ ਇਹ ਹੈ ਕਿ ਜਵਾਈ ਵਾਲੇ ਮਾਮਲੇ ਚ ਜਿਸ ਤਰ੍ਹਾਂ ਦੀ ਗੱਲ ਹੋਈ ਚਲੋ ਹੁਣ ਤਾਂ ਥੋੜਾ ਸਮਝਾਤਾ ਹੋਣ ਲੱਗਿਆ ਹੈ ਇੰਡੀਆ ਨੂੰ ਅਮਰੀਕਾ ਆਪਦੇ ਨਾਲ ਗੁੱਟ ਚ ਲਾਉਣਾ ਚਾਹੁੰਦਾ ਹੈ ਇੱਕ ਪਾਸੇ ਜਿਹੜਾ ਇੰਡੀਆ ਹੈ ਉਹ ਗੁੱਟ ਚ ਲਾਉਣ ਨੂੰ ਯਾਰ ਵੀ ਹੈ ਕਿਉਂਕਿ ਜਿਹੜੀ ਸਰਕਾਰ ਹੈ ਮੌਜੂਦਾ ਉਹ ਚੀਨ ਦੇ ਖਿਲਾਫ ਹੈ ਅਮਰੀਕਾ ਵਿਚੀਨ ਦੇ ਵਪਾਰ ਨਾਲ ਵਪਾਰ ਦਾ ਝਗੜਾ ਉਹਨਾਂ ਦਾ ਦੁਨੀਆਂ ਚ ਪਹਿਲੀ ਜੰਗ ਹੋਈ ਦੂਜੀ ਹੋਈ ਵਪਾਰ ਵਾਸਤੇ ਹੋਈ ਸੀ ਕੋਈ ਕੋਈ ਲੋਕਾਂ ਵਾਸਤੇ ਥੋੜੀ ਹੋਈ ਸੀ ਕਿ ਉਹਦੇ ਵਿੱਚ ਚੀਨ ਦੇ ਵਿਰੋਧ ਚੋਂ ਇਹ ਅਮਰੀਕਾ ਨਾਲ ਜਾ ਕੇ ਪਾਰਟੀ ਦੇ ਸੋਚ ਦੇ ਤੌਰ ਤੇ ਜਿਹੜੀ ਪਾਰਟੀ ਰਾਜ ਕਰਦੀ ਉਹਦੇ ਤੌਰ ਤੇ ਤਾਂ ਅਮਰੀਕਾ ਦੇ ਨੇੜੇ ਨੇ ਹਰ ਗੱਲ ਨੂੰ ਉਹਨਾਂ ਦੀ ਨੂੰ ਸਮਰਥਨ ਕਰਦੇ ਨੇ ਪਰ ਜਿਹੜਾ ਹੈਗਾ ਇਹ ਅੱਠ ਸ਼ਾਸਤਰਾ ਦੇਸ਼ ਦਾ ਉਹਦੇ ਵਿੱਚ ਰੂਸ ਨਾਲ ਲੜਾਈ ਨਹੀਂ ਕਰ ਸਕਦੇ ਉੱਥੋਂ ਕਿਉਂਕਿ ਜੋ ਕੁਛ ਇਹਨਾਂ ਨੂੰ ਸਸਤਾ ਹੁਣ ਤੇਲ ਲੜਾ ਕੇ ਉੱਥੋਂ ਲੈ ਕੇ ਥਮਾ ਮਹਿੰਗਾ ਵੇਚਦੇ ਨੇ ਦੂਜਿਆਂ ਨੂੰ ਪੈਸਾ ਕਮਾਉਂਦੇ ਨੇ ਆਂਡੀਆਂ ਤਾਂ ਕਿ ਰੂਸ ਤੇ ਦੇ ਰਿਆ ਸੀ ਸਸਤਾ ਇਹਨਾਂ ਨੂੰ ਰੁਪਏ ਵਿੱਚ ਵੇਲ ਦੇਣ ਲੱਗੇ ਸੋ ਉਹ ਕਹਿੰਦਾ ਮੈਨੂੰ ਡਾਲਰ ਰੂਪਲ ਦੀ ਲੋੜ ਹੀ ਸੀ ਮੈਨੂੰ ਰੁਪਈਆ ਹੀ ਦੇ ਦੋ ਤੇ ਨਹੀਂ ਰੁਪਈਆ ਚ ਦੇ ਦੋ ਇਹਨਾਂ ਰੁਪਈਆ ਚ ਤੇ ਇਹ ਸਾਡੇ ਦਰਸ਼ਕਾਂ ਨੂੰ ਇਹ ਗੱਲ ਸਮਝ ਆ ਵੀ ਨਾ ਆਉਣੀ ਚਾਹੀਦੀ ਹੈ ਕਿ ਰੁਪਏ ਚ ਜਦ ਕੋਈ ਚੀਜ਼ ਤੁਹਾਨੂੰ ਵਪਾਰ ਕਰਨ ਦੀ ਯਾਰ ਹੈ ਤੇ ਇਹਦਾ ਮਤਲਬ ਹੈ ਤੁਹਾਡਾ ਵਪਾਰ ਹੋਰ ਵਧੇਗਾ ਤੁਹਾਨੂੰ ਰੁਪਈਆ ਹੋਰ ਤਾਂ ਕਿਸੇ ਚੱਲਣਾ ਨਹੀਂ ਇਹਦਾ ਮਤਲਬ ਉਹ ਰੁਪਈਆ ਤੁਹਾਡੇ ਲਈ ਅਸੀ ਮੁਰਕਾਏਗਾ ਤਦ ਤੋ ਸਮਾਨ ਖਰੀਦੇਗਾ ਤੇ ਜੇ ਸਮਾਨ ਖਰੀਦੇਗਾ ਤੁਹਾਡਾ ਵਪਾਰ ਚਲੇਗਾ ਜੇ ਕੋਈ ਡਾਂਦਰਾ ਦੇ ਵਿੱਚ ਤਦ ਤੋ ਪੈਸੇ ਲੈ ਲਿਓ ਜਿੱਥੇ ਮਰਜੀ ਜਾ ਕੇ ਖਰਚੇਗਾ ਤੁਹਾਡੇ ਕੋਲ ਤਾਂ ਉਹਨੂੰ ਆਉਣ ਦੀ ਲੋੜ ਹੀ ਨਹੀਂ ਹੈ ਸਮਾਨ ਉਹਨੇ ਤੁਹਾਨੂੰ ਵੇਚਦਾ ਫਿਰ ਖਰੀਦਣ ਦੀ ਲੋੜ ਨਹੀਂ ਪਰ ਜੇ ਰੁਪਈਆ ਚ ਵਪਾਰ ਕਰ ਲਿਆ ਉਹ ਰੁਪਈਏ ਤਾਂ ਫਿਰ ਤੁਹਾਡੇ ਮੁਰਕੀ ਜੀ ਖਰਚੇ ਜਾ ਸਕਦੇ ਹੋ ਸਕੇ ਤੇ ਘੱਟੇ ਨਹੀਂ ਜਾ ਸਕਦੇ ਇਹਦਾ ਮਤਲਬ ਹੋਰ ਵਧੀਆ ਵਪਾਰ ਹੋਵੇਗਾ ਇੱਥੇ ਉਦਗਾਰ ਮਿਲੇਗਾ ਇੱਥੋਂ ਸਮਾਨ ਵਿਕੇਗਾ ਇੱਥੋਂ ਕੱਚਾ ਮਾਲ ਵਿਕੇਗਾ ਇੱਥੇ ਫੈਕਟਰੀਆਂ ਚੱਲਣਗੀਆਂ ਇੱਥੇ ਢੋਢਾਈ ਦਾ ਕੰਮ ਹੋਏਗਾ ਪੈਕਿੰਗ ਦਾ ਹੋਏਗਾ ਬੜਾ ਕੁਝ ਹੋਏਗਾ ਸੋ ਉਸ ਕਰਕੇ ਜਿਹੜਾ ਅੱਜ ਭਾਰਤ ਦਾ ਅਰਥਚਾਰਾ ਉਹ ਕਹਿੰਦਾ ਰੂਸ ਦੇ ਨਾਲ ਰਹਿਣ ਦੀ ਲੋੜ ਹੈ ਰੂਸ ਤੇ ਚੀਨ ਕਿਸ ਨੇ ਇੱਕ ਗੁੱਟਜਾ ਬਣਾਈ ਜਾ ਰਹੇ ਨੇ ਅਮਰੀਕਾ ਦੀ ਲੋੜ ਇਹ ਹੈ ਵੀ ਨਾਲੇ ਰੂਸ ਨੂੰ ਨਾਲੇ ਚੀਨ ਨੂੰ ਕਿਉਂਕਿ ਉਹ ਦੋ ਹੀ ਮੁਕਾਬਲਾ ਕਰਦੇ ਹੋਣਾ ਜਿਹੜੇ ਪੱਛਮ ਦੇ ਬਾਕੀ ਮਿਲਤ ਨਹੀਂ ਉਹ ਤਾਂ ਕੋਈ ਜੁੜਤੀ ਨਹੀਂ ਹੋਦਾ ਮੁਕਾਬਲਾ ਕਰਨ ਦੀ ਅਮਰੀਕਾ ਦਾ ਉਹਨਾਂ ਦਾ ਅਵਧੀ ਝਗੜਾ ਪਿਆ ਫਰਾਂਸ ਦੇ ਵਿੱਚ ਜਿਹੜੀ ਡਿਜਿਟੇਸ਼ਨ ਹੋ ਰਹੀ ਹੈ। ਹ ਅ ਇਟਲੀ ਵਾਲਾ ਨੇ ਇਹਨਾਂ ਦਾ ਕਿਸੰਦਾ ਕਹਿੰਦਾ ਵੀ ਅਸੀਂ ਤਾਂ ਭਾਵਾਂਗੇ ਗੈਸ ਤੁਹਾਡੇ ਬਾਈਕਾਰਟ ਦੇ ਬਾਵਜੂਦ ਇਹ ਜਿਹੜੇ ਮੁਲਕ ਨੇ ਬਾਕੀ ਦੇ ਪੱਛਮੀ ਮੁਲਕ ਉਹ ਜੋਰਕਨ ਯੂਨੀਅਨ ਦੇ ਜਿੰਨੇ ਵੀ ਮੁਲਕ ਵੀ ਨੇ ਜਾਂ ਜਰਮਨੀ ਵੀ ਹੈ ਉਹਨਾਂ ਦਾ ਜਿਹੜਾ ਹੈ ਇਹ ਆਪ ਦਾ ਹੀ ਅਥਚਰਨ ਤੋਂ ਸੁਧਰ ਨਹੀਂ ਰਿਹਾ ਉਹ ਸੰਕਟ ਕਿ ਹੈ। ਇਸ ਕਰਕੇ ਉਹਨਾਂ ਨੇ ਚ ਕੁਝ ਬਹੁਤਾ ਕੁਝ ਕਰ ਨਹੀਂ ਸਕਣਾ ਉਹ ਤਾਂ ਅਮਰੀਕਾ ਦੇ ਨਾਲ ਹੀ ਨੇ ਜੋ ਅਮਰੀਕਾ ਕਰੇਗਾ ਉਹ ਹੀ ਕਰਨਗੇ ਪਰ ਜਿਹੜਾ ਰੂਸ ਤੇ ਚੀਨ ਤੋਂ ਅਮਰੀਕਾ ਦਾ ਜਿਹੜੀ ਲੜਾਈ ਆ ਅਮਰੀਕਾ ਦੀ ਜਿਹੜਿਆ ਚੱਲਦਾ ਅਰਥਚਾਰਾ ਉਹ ਤਿੰਨ ਚੀਜ਼ਾਂ ਤੇ ਚੰਗਾ ਹੈ ਇੱਕ ਹਥਿਆਰ ਇੱਕ ਆ ਜਿਹੜੀਆਂ ਅਧ ਪੱਕੇ ਭੋਜਨ ਨੇ ਬਣੇ ਬਣਾਏ ਸੈਮੀ ਕੋਕਡ ਫੂਡ ਇੱਕ ਦਵਾਈਆਂ ਹੁਣ ਇਹ ਉਹ ਵਪਾਰ ਕਾ ਕਿਵੇਂ ਚੱਲੂਗਾ ਜਿਵੇਂ ਕਈ ਡਾਕਟਰ ਕਹਿੰਦੇ ਹੁਣ ਤਾਂ ਯਾਰ ਇਸ ਕੀ ਮਲੇਰੀਆ ਦਾ ਸੀਜ਼ਨ ਨਹੀਂ ਲੱਗਿਆ ਆ ਜਿਹੜੇ ਇਰੀਗੇਸ਼ਨ ਨਾਲ ਨੇ ਹੜ੍ਹਾਂ ਦੇ ਵਿਭਾਗ ਮੈਂ ਕਹਿੰਦਾ ਯਾਰ ਇੱਦਾਂ ਹੀ ਹੜੀ ਨਹੀਂ ਆਏ ਨਹੀਂ ਤਾਂ ਕੋਈ ਪੈਸਾ ਪੂਰੇ ਬਣ ਜਾਂਦਾ ਜੇ ਕੋਈ ਨਰ ਨੂਰ ਟੁੱਟ ਜਾਂਦੀ ਕੋਈ ਹੜਾ ਜਾਂਦੇ ਸੋ ਉਹ ਅਮਰੀਕਾ ਦਾ ਤਾਂ ਤਾਂ ਹੀ ਅਰਥਚਾਰਾ ਚੱਲੇਗਾ ਜੇ ਕਿਤੇ ਨਾ ਕਿਤੇ ਜੰਗ ਲੱਗੀ ਰਹੇ ਕਿਉਂਕਿ ਛਾਗ ਵੇਚਣਗੇ ਜੇ ਕਿਤੇ ਨਾ ਕਿਤੇ ਉਹਨਾਂ ਦਾ ਜਿਹੜਾ ਹੈ ਬਿਮਾਰੀ ਫੈਲੀ ਰਹੇ ਦਵਾਈਆਂ ਵੇਚਣਗੀਆਂ ਤੇ ਜੇ ਕਿੰਨਾ ਕਿਤੇ ਅਰਥਚਾਰਾ ਇਸ ਤਰ੍ਹਾਂ ਦਾ ਬਣਿਆ ਰਹੇ ਕਿ ਬੰਦੇ ਨੂੰ ਰੋਟੀ ਬਣਾਉਣ ਦਾ ਟਾਈਮ ਹੀ ਨਾ ਮਿਲੇ ਜਾਂ ਉਹਦਾ ਸੱਦੇ ਚੱਲਿਆ ਜਾ ਮੰਗੇ ਤੇ ਉਹ ਬਣੀ ਬਣੀ ਇਹ ਰੋਟੀ ਖਾਏ ਸੈਮੀ ਕੁੱਕਡ ਫੂਲੀ ਐਨੀ ਕਾਲੀ ਚੀਜ਼ ਨੂੰ ਕਰਨਾ ਪਵੇ ਤੇ ਫਿਰ ਵੀ ਉਹ ਅਰਥਚਾਰਾ ਚੱਲੇਗਾ ਉਹ ਫਿਰ ਉਹ ਆਪਦੇ ਕਾਨੂੰਨ 라ਹੀਂ ਆਪਦੇ ਤੰਤਰ ਮੰਤਰਾਂ ਹੀ ਬਿਠੇਰਾ ਕੁਝ ਕਰਦਾ ਆਪਾਂ ਦੇਖ ਲਈਆਂ ਜਿਵੇਂ ਕਰੋਨਾ ਦੇ ਉੱਤੇ ਵੀ ਉਹਨਾਂ ਤੇ ਦੋਸ਼ ਲੱਗਦਾ ਸੋ ਮੇਰਾ ਕਹਿਣ ਦਾ ਮਤਲਬ ਇਹ ਨਹੀਂ ਹੈ ਵੀ ਜਿਹੜਾ ਗੁੱਤਪੁੱਤਵੰਤ ਪੰਨੂ ਵਾਲੀ ਕਹਾਣੀਆਂ ਪੂਰੀ ਸਾਹਮਣੇ ਛਪ ਗਈਆਂ ਜਕਵਾਰ ਤੇ ਪੂਰੀ ਡਿਟੇਲ ਇਹ ਜਿਹੜੀ ਗੁਰਪ੍ਰਤੰਤ ਪੰਨੂ ਵਾਲੀ ਕਹਾਣੀ ਨੂੰ ਜਦੋਂ ਅਸੀਂ ਦੇਖਦੇ ਹਾਂ ਤਾਂ ਉਹਦੇ ਦੋ ਪੱਖ ਸਾਨੂੰ ਜ਼ਰੂਰ ਧਿਆਨ ਦੇ ਰੱਖਣੇ ਚਾਹੀਦੇ ਨੇ ਪਹਿਲੇ ਮੈਂ ਪੱਖ ਦੱਸੇ ਨੇ ਕਿ ਸ਼ੰਕੇ ਨੇ ਇਹ ਸ਼ੰਕਿਆਂ ਦਾ ਜਵਾਬ ਦੇ ਨਾ ਪਾਏਗਾ ਇਹ ਸ਼ੰਕਿਆਂ ਦਾ ਜਵਾਬ ਨਹੀਂ ਦਿੰਦੇ ਕਿ 6 ਪੰਜ ਮਹੀਨੇ ਪਹਿਲਾਂ ਜੋ ਪਤਾ ਲੱਗਿਆ ਜੋ ਗੁਰਪ੍ਰਤੰਤ ਪੰਨੂ ਨੇ ਮੋਦੀ ਸਾਹਿਬ ਦੀ ਜਾਣ ਤੋਂ ਬਾਅਦ ਜਿਹੜਾ ਬਿਆਨ ਦਿੱਤਾ ਸੀ ਜੋ ਗੁਰਪ੍ਰਤੰਤ ਪੰਨੂ ਨੇ ਆਪ ਦੀ ਵੀਡੀਓ ਪਾਈ ਕਿ ਹਾਂ ਮੈਂ ਬੰਦੇ ਧਰਤੀ ਕਰਦਾ ਮੈਂ ਇਹ ਕਰਾਂਗਾ ਮੈਂ ਉਹ ਕਰਾਂਗਾ ਜੋ ਗੁਰਪ੍ਰਤੰਤ ਪੰਨੂ ਨੇ ਕਾਲ ਮਿੱਤੀ ਰੈਫਰੈਂਡਮ ਦੀ ਜਾਂ ਜਿਹੜਾ ਭਾਰਤੀ ਏਜੰਸੀਆਂ ਦੀ ਬਿਹਫ ਤੇ ਜਾਂ ਭਾਰਤ ਦੇ ਬਿਹਫ ਤੇ ਜਾਂ ਕਿਤੇ ਹਿੰਦੂਆਂ ਦੇ ਬਿਹਫ ਤੇ ਕਹਿ ਕੇ ਵੀਡੀਓ ਪਾਈ ਕਿ ਹੁਣ ਇਹਨੂੰ ਮਾਰਸਾ ਉਹ ਉਸੇ ਸੀਕੁਐਂਸ 'ਚ ਬੰਦੇ ਮਰੇ ਵੀ ਨੇ ਵੀ ਇਹਨੂੰ ਮਾਰਤਾ ਇਹਨੂੰ ਮਾਰਤਾ ਇਹਨੂੰ ਮਾਰਤਾ ਦੋਸ਼ ਲੱਗਦੇ ਨੇ ਵਾਕਈ ਮਾਪਾ ਇਹ ਨਹੀਂ ਕਹਿ ਸਕਦੇ ਵੀ ਜ਼ਰੂਰ ਸਾਰੇ ਮਰੇ ਹੋਣਗੇ ਨਹੀਂ ਮਰੇ ਹੋਣਗੇ ਕਿਉਂਕਿ ਇੰਨਾ ਕਈ ਵੀ ਤੁਹਾਨੂੰ ਫੋਲੋ ਕਰਨਾ ਵੀ ਔਕਾ ਹੁੰਦਾ ਪਰ ਇਹ ਦੋਸ਼ ਵਾਗਦੇ ਨੇ ਉਹਨੇ ਪਰ ਗਿਣੇ ਕਦੇ ਕਦੇ ਉਹ ਤਾਂ ਵੀਡੀਓ ਆਮ ਸੀ ਉਹਨੂੰ ਤੇ ਸਾਡੀਆਂ ਏਜੰਸੀਆਂ ਨੇ ਕੰਮ ਕਿਉਂ ਨਹੀਂ ਕਿਉਂਕਿ ਇਹ ਹੋ ਨਹੀਂ ਸਕਦਾ ਵੀ ਸੋ ਇਹ ਸਵਾਲ ਵੱਡੇ ਸਵਾਲ ਨੇ ਸਾਡੇ ਸਾਹਮਣੇ ਇਹ ਸਵਾਲਾਂ ਚੋਂ ਇੱਕ ਸਵਾਲ ਇਹ ਵੀ ਆ ਰਿਹਾ ਹੈ ਕਿ ਮੈਂ ਤੁਹਾਡਾ ਸਵਾਲ ਲੈਣਾ ਉਹ ਇਹ ਹੈ ਕਿ ਕਿਉਂਕਿ ਅਮਰੀਕਾ ਨੇ ਆਰਥ ਦੀ ਵੀ ਬੀਮਾ ਮਰੋੜੀ ਕਰਨੀ ਹੈ ਇਹ ਨੂੰ ਵੀ ਸਮਝਣਾ ਪਏਗਾ ਇੱਕ ਡਾਸਟ ਡਲ ਮੈਂ ਹੋਰ ਕਹਨਾ ਵੀ ਇਹ ਗੱਲ ਸਾਨੂੰ ਬੜਾ ਮੰਨਣਾ ਪਊਗਾ ਕਿਤੇ ਨਾ ਕਿਤੇ ਮੈਂ ਲੱਗਦਾ ਵੀ ਸਾਡੀ ਵੀ ਇਨਵੋਲਵਮੈਂਟ ਹੈ ਕਿਉਂਕਿ ਅਸੀਂ ਦਵੀਂ ਜਮਾਨਾ ਸੀ ਕਹਿੰਦਾ ਸਾਨੂੰ ਸਬੂਤ ਦਿਓ ਜੀ ਨਿੱਜਰ ਦੇ ਕਤਲ ਦੇ ਬਾਰੇ बार-बार ਕੋਈ ਸਬੂਤ ਦਿਓ ਫਲਾਂਗ ਦਿਓ ਕੋਈ ਸ਼ੱਕ ਨਹੀਂ ਸਬੂਤ ਤਾਂ ਮੰਗਣੇ ਚਾਹੀਦੇ ਨੇ ਪਰ ਜਿਸ ਤਰੀਕੇ ਨਾਲ ਸ਼ਿਕਾਇਤ ਰਹੇ ਉਹ ਤੋਂ ਸ਼ੰਕਾ ਪੈਦਾ ਹੁੰਦੀ ਹੈ ਜੇ ਡਿਨਾਈ ਨਹੀਂ ਕਰਿਆ ਉਸ ਤਰੀਕੇ ਨਾਲ ਜਿੰਨਾ ਡਟ ਕੇ ਕਹਿਣਾ ਹੁੰਦਾ ਵੀ ਸਵਾਲ ਹੀ ਨਹੀਂ ਪੈਦਾ ਹੁੰਦਾ ਜੀ ਤੁਹਾਡੀ ਕੀ ਲੋੜ ਹੈ ਅਸੀਂ ਕਿਉਂ ਕਰਾਂਗੇ ਪਰ ਇਹ ਤਾਂ ਮੰਨਣਾ ਹੀ ਪਊਗਾ ਵੀ ਜੇ ਦੂਜੇ ਦੇਸ਼ ਦਾ ਨਾਗਰਿਕ ਆ ਉਹ ਜਿਹੜੇ ਮਰਜ਼ੀ ਧਰਮ ਦਾ ਜਿਹੜੇ ਮਰਜ਼ੀ ਜਾ ਸਕਦਾ ਦੂਜੇ ਦੇਸ਼ ਦੇ ਨਾਗਰਿਕ ਨੂੰ ਜੇ ਅਸੀਂ ਉਸ ਦੇਸ਼ ਚ ਜਾ ਕੇ ਮਾਰਾਂਗੇ ਕਲਾਨੀਆ ਤਾਂ ਫਿਰ ਇਹ ਦੂਜੇ ਦੇਸ਼ ਨੇ ਕੋਈ ਉਹ ਪਾਈਆਂ ਨਾ ਤਾਂ ਉਹ ਵੀ ਸ਼ੇਰਾਂ ਤਾਂ ਉਹ ਵੀ ਕੰਦਾ ਦੂਜੀ ਕਹਦਾ ਦੋਨੇ ਦੇਸ਼ ਟਕੜੇ ਨੇ ਤੁਸੀਂ ਕੈਨੇਡਾ ਤੇ ਅਮਰੀਕਾ ਦੇ ਵਿੱਚ ਬੰਦਿਆਂ ਨੂੰ ਮਾਰਦੇ ਹੋ ਤੇ ਤੁਸੀਂ ਉਹਦੇ ਉੱਤੇ ਪੂਰਾ ਹੁਣ ਹੁਣ ਕਿਉਂ ਅਮਰੀਕਾ ਦੇ ਉਹਨੇ ਕਿਹਾ ਸੀ ਸਹਿਯੋਗ ਦੇਣਾ ਪੂਰੇ ਉਹਨਾਂ ਦੇ ਸੁਰੱਖਿਆਰੇ ਹੋਰ ਸਾਰੇ ਰਹਿਣੇ ਸਾਰਾ ਕੁਝ ਕਿਉਂ ਕਰ ਰਹੇ ਆ ਕਿਉਂਕਿ ਉਹ ਦੇਸ਼ ਦੂਜਾ ਹੈ ਉਹ ਕਹਿੰਦੇ ਸਾਡੇ ਜਿਹੜਾ ਨਾਗਰਿਕ ਬਣ ਗਿਆ ਜਿਹੜਾ ਮੱਥੀ ਕਿਉਂਕਿ ਉੱਥੇ ਤਾਂ ਨਾਗਰਿਕਤਾ ਉਸ ਤਰੀਕੇ ਦੀ ਹੈ ਹੀ ਨਹੀਂ ਹੁਣ ਜਿਹੜੇ ਕੈਨੇਡਾ ਜਾ ਕੇ ਵਸੇ ਨੇ ਉਥੇ ਅਸਲੀ ਚ ਪਹਿਲਾਂ ਕਾਲੇ ਨੋਰਥ ਅਮਰੀਕਾ ਚ ਰੈਡ ਇੰਡੀਅਨ ਰਹੀਗੇ ਵਿਚ ਅੰਗਰੇਜ਼ ਤਾਂ ਦੂਜੇ ਪਾਸੇ ਆਏ ਹੋਏ ਨੇ ਪਰ ਉਹ ਕਹਿੰਦੇ ਸਾਡੀ ਜੀ ਡੈਮੋਕ੍ਰੇਸੀ ਆ ਅਸੀਂ ਇੰਨਾ ਕੁ ਜ਼ਰੂਰ ਕਰਦੇ ਆ ਪਰ ਅਸੀਂ ਦੂਜੇ ਦੂਜੇ ਦੇ ਨਾਲ ਅਸੀਂ ਉਰੇ ਭਾਰਤ ਤੇ ਜਾ ਕੇ ਕੋਈ ਬੰਦਾ ਇੱਥੇ ਕੁਝ ਬੰਦਿਆਂ ਦਾ ਕਤਲ ਕਰਨਾ ਸ਼ੁਰੂ ਕਰ ਦਿੱਤਾ ਤਾਂ ਭਾਰਤ ਸਰਕਾਰ ਵੀ ਇਹ ਗੱਲ ਨਹੀਂ ਪਸੰਦ ਕਰੇਗੀ ਵੀ ਸਾਡੇ ਬੰਦਿਆਂ ਦਾ ਬਾਹਰ ਲੈ ਸਾਡੀ ਨੌਲੇਜ ਤੋਂ ਬਿਨਾਂ ਸਾਡੀ ਸਹਿਮਤੀ ਤੋਂ ਬਿਨਾਂ ਕੁਝ ਕਰਨਾ ਤਾਂ ਕੋਈ ਵੀ ਨਹੀਂ ਚਾਹੇਗਾ ਦੇਸ਼ ਸੋ ਇਸ ਕਰਕੇ ਇਹ ਸਵਾਲ ਹੈਗੇ ਨੇ ਇਹ ਹੁਣ ਤੁਸੀਂ ਸਵਾਲ ਕਰ ਲਓ ਪੁੱਛੋ ਕੋ 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 ਜੀ ਡਾਕਟਰ ਸਾਹਿਬ ਇਹ ਵੀ ਤਾਂ ਮਤਲਬ ਕਿ ਵਿਚਾਰਨਯੋਗ ਹੈ ਨਾ ਕਿ ਟਾਰਗੇਟ ਕਿਲਿੰਗਸ ਜਿਹੜੀਆਂ ਉਹ ਭਾਰਤ ਤੇ ਪੰਜਾਬ ਦੇ ਵਿੱਚ ਹੁੰਦੀਆਂ ਰਹੀਆਂ ਹਿੰਦੂ ਲੀਡਰਾਂ ਦੀਆਂ ਉਦੋਂ ਸਿੱਖ ਪੁਰ ਜਸਟਿਸ ਵਾਲਿਆਂ ਦੇ ਇਸ ਤਰ੍ਹਾਂ ਦੇ ਬਿਆਨ ਜਾਂ ਖੰਡਾ ਤੇ ਖਾਲਸਤਾਨ ਲਿਖਣਾ ਉਹ ਅੱਜ ਵੀ ਚੱਲੀ ਹੈ ਉਹ ਸਾਰਾ ਕੁਝ ਹੁੰਦਾ ਰਿਹਾ ਹੈ ਇਹਦੇ ਪੈਰਨਲ ਇਧਰ ਜਦੋਂ ਹੁਣ ਪਾਕਿਸਤਾਨ ਚ ਪਰਮਜੀਤ ਪੰਜਵੜ ਦਾ ਕਤਲ ਹੋਇਆ ਜਾਂ ਕੈਨੇਡਾ ਚ ਨਿਜਰ ਦਾ ਹੋਇਆ ਜਾਂ ਉਹ ਗੁਰਪਤਵੰਤ ਪੰਨੂ ਨੂੰ ਹੱਤ ਪਾਇਆ ਜਾਂ ਉਦੋਂ ਅਵਤਾਰ ਖੰਡਾ ਦੀ ਯੂਕਾ ਤੋਂ ਕਿ ਇਹ ਕਿ ਉਹਨੂੰ ਕਿਸ ਤਰੀਕੇ ਨਾਲ ਮਾਰ ਦਿੱਤਾ ਗਿਆ ਦਾ ਇਹ ਵੀ ਮਤਲਬ ਕਿ ਉਹ ਬਹੁਤ ਕਿਸਮ ਦੇ ਇਸ਼ਾਰੇ ਕਰਦਾ ਹੈ ਕਿ ਆਖਰਕਾਰ ਇਹਦੇ ਪਿੱਛੇ ਕੌਣ ਕੰਮ ਕਰਦਾ ਗੁਰਪਤਵੰਤ ਪੰਨੂ ਤਾਂ ਹਮੇਸ਼ਾ ਇਸ ਤਰੀਕੇ ਨਾਲ ਚਰਚਾਵਾਂ ਦੇ ਵਿੱਚ ਸ਼ੱਕੀ ਵੀ ਰਿਹਾ ਕਿ ਉਹਨੂੰ ਕਿਸ ਦੀ ਸਪੋਰਟ ਹੈ ਕਿ ਉੱਥੇ ਬੈਠਾ ਇਸ ਕਿਸਮ ਦੀਆਂ ਧਮਕੀਆਂ ਦਿੰਦਾ ਐਨਆਈਏ ਜਾਂ ਹੋਰ ਏਜੰਸੀਆਂ ਉਹਨੂੰ ਹੱਥ ਕਿਉਂ ਨਹੀਂ ਪਾ ਸਕਦੀਆਂ ਜਾਂ ਉਹਦੇ ਤੱਕ ਕਿਉਂ ਨਹੀਂ ਪਹੁੰਚ ਸਕਦੀਆਂ ਫਿਰ ਜਦੋਂ ਜਿਵੇਂ ਤੁਸੀਂ ਡਿਗਰੂਗੜ੍ਹ ਵਾਲੀ ਗੱਲ ਕੀਤੀ ਕਿ ਡਿਗਰੂਗੜ੍ਹ ਵਾਲਿਆਂ ਨੂੰ ਜਦੋਂ ਅਮਰਤਪਾਲ ਨੂੰ ਉੱਥੇ ਅਰੈਸਟ ਪਾਈ ਗਈ ਜਾਂ ਉਹ ਉੱਥੇ ਚਲੇ ਗਏ ਉਸ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਕੋਈ ਉਸ ਕਿਸਮ ਦਾ ਅ ਜਦ ਕਹਿ ਲੋ ਕਿ ਵੱਡਾ ਮੋਰਚਾ ਜਾਂ ਉਸ ਕਿਸਮ ਦੀ ਕੋਈ ਵੱਡੀ ਚਾਰਾ ਜੋਈ ਕੋਈ ਨਜ਼ਰ ਨਹੀਂ ਆਈ ਤਾਂ ਉਹ ਵੀ ਆਪਣੇ ਆਪ ਦੇ ਵਿੱਚ ਕੀ ਸਮਝ ਸਕਦੇ ਆ ਕਿ ਕੋਈ ਵੱਡਾ ਹਉਆ ਨਹੀਂ ਬਣ ਸਕੀ ਇਸ ਕਰਕੇ ਫਿਰ ਉਸ ਤੋਂ ਬਾਅਦ ਗੁਰਪਤਵੰਤ ਪੰਗੂ ਵਰਗੇ ਆਣੇ ਧਮਕੀਆਂ ਬਹੁਤ ਦਿੱਤੀਆਂ ਵਰਲਡ ਕੱਪ ਤੇ ਦਿੱਤੀ ਕਿ ਅਸੀਂ ਜਹਾਜ਼ ਉਡਾ ਦੇਾਂਗੇ ਇਰ ਇੰਡੀਆ ਦਾ ਉੱਤੇ ਬੰਬ ਸੁੱਟ ਦੇਾਂਗੇ ਕਿ ਉਹ ਵੀ ਉਹਨੇ ਵੀ ਕੰਮ ਨਹੀਂ ਕੀਤਾ ਰੇਫਰੈਂਡਮ ਬਾਰਕ ਲਾਲ ਕਰਾਲੇ ਉਹਦਾ ਵੀ ਕੋਈ ਪੰਜਾਬ ਦੇ ਵਿੱਚੋਂ ਉਹ ਜਾਂ ਉਂਧਾਰਾ ਨਹੀਂ ਮਿਲਿਆ ਮਤਲਬ ਇਹ ਸੀਨ ਨਾਲ ਨਾਲ ਰਲਦੇ ਜਾਂਦੇ ਨੇ ਕਿ ਹੋਰ ਕੁਝ ਵੱਡਾ ਕਰਕੇ ਵੇਖੀਏ ਕੁਝ ਹੋਰ ਵੱਡਾ ਕਰਕੇ ਵੇਖੀਏ ਤੇ ਉਹਦੇ ਵਿੱਚੋਂ ਹੁਣ ਆ ਵਾਲਾ ਮਸਲਾ ਕਿ ਜੀ ਉੱਤੇ ਕਤਲ ਦੀ ਕੋਸ਼ਿਸ਼ ਸੀ ਜੀ ਫਿਰ ਇਹਨੂੰ ਮੀਡੀਆ ਬਹੁਤ ਵੱਡੇ ਪੱਧਰ ਤੇ ਨੈਸ਼ਨਲ ਮੀਡੀਆ ਦੀ ਉਪਾਹੇਗਾ ਜੀ ਕਿ ਭਾਰਤ ਦੇ ਉੱਤੇ ਉਂਗਲ ਉਟਕੀ ਭਾਰਤ ਉਹਨੇ ਤਾਂ ਕਿਤੇ ਨਾ ਜਵਾਬ ਦਿੰਦਾ ਉਦੋਂ ਟ੍ਰਿੰਡੋ ਸਾਹਿਬ ਜਿਹੜੇ ਨੂੰ ਫਿਰ ਦੁਬਾਰਾ ਇਸ ਮਸਲੇ ਉੱਤੇ ਗੱਲ ਕਰਦੇ ਨੇ ਤਾਂ ਕਿਤੇ ਨਾ ਕਿਤੇ ਸ਼ੱਕੀ ਜਾਪਦਾ ਹੈ ਕਿ ਕੋਈ ਇਹੋ ਜਿਹਾ ਤਾਲਾ-ਬਾੜਾ ਬੁਣਿਆ ਜਾ ਰਿਹਾ ਹੈ ਕਿ ਖਾਸ ਕਰਕੇ ਪੰਜਾਬ ਦੇ ਵਿੱਚ ਰਹਿੰਦੇ ਸਿੱਖਾਂ ਨੂੰ ਤੇ ਦੁਨੀਆ ਭਰ ਚ ਵਸਦੇ ਸਿੱਖਾਂ ਨੂੰ ਉਸ ਕਿਸਮ ਨਾਲ ਟਾਰਗੇਟ ਕੀਤਾ ਜਾਵੇ ਕਿ ਉਹਨਾਂ ਦੇ ਅੰਦਰ ਬੇਚੈਨੀ ਦੇ ਵਿੱਚ ਪੈਦਾ ਹੋਵੇ ਤੇ ਉਸ ਬੇਚੈਨੀ ਦੇ ਵਿੱਚੋਂ ਕੋਈ ਉਹੋ ਜਿਹਾ ਰਿਐਕਸ਼ਨ ਕਰਨ ਜਿਹਦਾ ਜਿਹੜਾ ਉਹ ਇੰਡੀਅਨ ਸਟੇਟ ਨੂੰ ਜਿਹੜਾ ਲਾਹਾ ਹੋਵੇ ਤੇ ਉਹ 2024 ਦੇ ਵਿੱਚ ਉਹਨੂੰ ਮਤਲਬ ਕਿ ਐਨ ਪੁਣਾਇਆ ਜਾਵੇ ਉਸ ਮਸਲੇ ਨੂੰ ਬਿਲਕੁਲ ਠੀਕ ਹੈ ਤੁਸੀਂ ਬਿਲਕੁਲ ਵਿਸ਼ਲੇਸ਼ਣ ਠੀਕ ਹੈ ਇਹ ਜਿਹੜੇ ਮੈਂ ਤੁਹਾਨੂੰ ਵੀਡੀਓ ਦੀ ਗੱਲ ਕਰੀ ਆ ਉਹਦੇ ਚੌਪਤਾਰ ਸਿੰਘ ਖੰਡਾ ਦਾ ਉਹਦੇ ਵਿੱਚ ਨਿੱਜਰ ਦਾ ਉਹਦੇ ਵਿੱਚ ਪੰਜਵੜ ਦਾ ਪਾਕਿਸਤਾਨ ਦੇ ਵਿੱਚ ਇਹ ਸਾਰੇ ਕਤਨਾ ਦੀਆਂ ਕਹਾਣੀਆਂ ਉਹ ਬਾਰ-ਬਾਰ ਕਿਸੇ ਨਾ ਕਿਸੇ ਨੂੰ ਚ ਦੱਸ ਦੇ ਸੀਗੇ ਤੇ ਗੁਰੂਤੰਤ ਪੰਨੂ ਵਾਲੇ ਵੀ ਦੱਸ ਦੇ ਸੀਗੇ ਇੱਕ ਤਾਂ ਇਹ ਹੈ ਦੂਜੀ ਗੱਲ ਇੰਨਾ ਉੱਪਨ ਦੀ ਦੱਸ ਕੇ ਇੰਨਾ ਖੁੱਡਾ ਦੱਸ ਕੇ ਜੇ ਸਾਡੀਆਂ ਏਜੰਸੀਆਂ ਇਹ ਤਾਂ ਹੈ ਨਹੀਂ ਵੀ ਐਨਆਈਏ ਨੂੰ ਪਤਾ ਹੀ ਨਾ ਲੱਗੇ ਇਹ ਸੰਭਵ ਹੀ ਨਹੀਂ ਹੈ ਉਕੇ ਏਜੰਸੀਆਂ ਸਾਡੀਆਂ ਬਹੁਤ ਹੀ ਚਿੱਕੀਆਂ ਨੇ ਇਹ ਉਤੋਂ ਉਤੋਂ ਭਾਂਵੇਂ ਕੋਈ ਕੁਛ ਕਹੀ ਜਾਵੇ ਵੀ ਨਹੀਂ ਜੀ ਅਸੀਂ ਕੋਈ ਬਨਾਨਾ ਰਿਪਬਲਿਕ ਨਹੀਂ ਹੈਗੇ ਸਾਡੇ ਦੇਸ਼ ਕੋਲੇ ਆਪਦੇ ਤੌਰ ਤਰੀਕੇ ਬਚਰੇ ਨੇ ਔਰ ਜੇ ਅਸੀਂ ਇੰਨੇ ਤੌਰ ਤਰੀਕੇ ਨਾ ਹੁੰਦੇ ਤਾਂ ਅਸੀਂ ਐਦਾਂ ਥੋੜੇ ਸਿਰ ਝੱਕ ਕੇ ਖੜੇ ਰਹਿੰਦੇ ਸੀ ਕਿ ਕਿਸੇ ਦੇ ਥੱਡੇ ਛੋੜੋ ਲੱਗਦੇ ਆ តែ ਠੀਕ ਹੈ ਅਸੀਂ ਗਰੀਬ ਆ ਅਸੀਂ ਜੋ ਮਰਜ਼ੀ ਹੋਈ ਸਾਡਾ ਦੇਸ਼ ਤਾਂ ਕੋਈ ਅਸੀਂ ਕਿਸੇ ਦੇਸ਼ ਦੇ ਤੌਰ ਤੇ ਚੱਕਦੇ ਅਸੀਂ ਥੱਲੇ ਨਹੀਂ ਲੱਗੇ ਬਲਕਿ ਦੇਸ਼ ਦੇ ਤੌਰ ਤੇ ਸਾਡੀ ਇੱਜ਼ਤ ਹੈ ਦੁਨੀਆ 'ਚ ਭਾਵੇਂ ਕਿ ਅਸੀਂ ਜਿਹੜਾ ਹੈਗਾ ਭੁੱਖ ਮਰੀਚ ਬਹੁਤ ਸਾਡਾ ਬੁਰਾ ਹਾਲ ਹੈ ਰਸ ਦੀ ਆਜ਼ਾਦੀ ਚ ਸਾਡਾ ਬਹੁਤ ਬੁਰਾ ਹਾਲ ਹੈ ਮਨੁੱਖੀ ਅਧਿਕਾਰਾਂ ਚ ਸਾਡਾ ਬਹੁਤ ਬੁਰਾ ਹਾਲ ਹੈ ਵਿੱਚ ਅਸੀਂ ਦੁਨੀਆ ਦੇ ਜਿਹੜੇ ਸੂਚਕ ਨੇ ਉਹਨਾਂ ਤੇ 180 ਚ ਕਿਤੇ 160 ਤੇ ਕਿਤੇ 155 ਤੇ ਕਿਤੇ 160 ਤੇ ਆ ਤੇ ਕਿਤੇ 121 ਚੋਂ 111 ਤੇ ਆ ਕਿਤੇ 125 ਚੋਂ 116 ਤੇ ਆ ਉੱਠੀ ਤਾਂ ਸੀ ਮਤਲਬ ਇੰਨਾ ਪਿੱਛੇ ਹੋਣ ਦੇ ਬਾਵਜੂਦ ਸਾਡੀ ਉਨੀ ਤਾਂ ਬੰਦੀ ਨਹੀਂ ਹੋ ਰਹੀ ਦੂਜੀ ਗੱਲ ਜਿਹੜਾ ਉਹੀ ਤੁਸੀਂ ਜਿਵੇਂ ਇਹ ਦੇ ਇੰਡੀਆ ਦਾ ਕਹਿ ਰਹੇ ਅਸੀਂ ਤੋੜਾ ਦੇਣਾ ਫਲਾਣਾ ਕਰਦੇ ਨੇ ਇਹ ਕਰਦੇ ਨੇ ਵੀ ਇੱਕ ਗੱਲ ਹੈਗੀ ਆ ਜਿਹੜਾ ਇਹ ਦੇ ਇੰਡੀਆ ਦਾ ਪਹਿਲਾ ਵੀ ਜਹਾਜ ਜਿਹੜੇ ਸੀ ਉਹ ਵੀ ਤਾਂ ਕੈਨੇਡਾ ਦੇ ਆ ਉਹੀ ਸੀਗਾ ਨਾ ਸੋ ਇਹ ਤਾਂ ਇੰਡੀਆ ਨੇ ਇੰਨਾ ਤਾਂ ਦੇਖ ਲਈਆਂ ਵੀ ਤੁਸੀਂ ਜੇ ਸਾਡੇ ਧੰਕੇ ਪਰ ਗੱਲ ਮੈਨੂੰ ਇਹ ਲੱਗਦੀ ਆ ਕਿ ਇਹਦੇ ਚ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਤਖਨੇ ਦੇ ਕੇ ਬਸ ਇਹ ਠੀਕ ਹੈ ਵੀ ਸਿੱਖਾਂ ਤੋਂ ਕੁਝ ਸਿੱਖਾਂ ਤੋਂ ਕਿਉਂਕਿ ਹਰ ਕੌਮ ਦੇ ਤੁਹਾਨੂੰ ਕਮਿਊਨਿਟੀ ਦੇ ਬੰਦੇ ਮਿਗਰਾਨ ਕੀ ਔਰ ਜ਼ਰੂਰੀ ਨਹੀਂ ਵੀ ਉਹ ਇੱਕ ਗੋਦ ਗੁੰਦ ਕੇ ਇਦਾਂ ਦਾ ਕਰਨ ਉਹ ਸੈਂਟੀਮੈਂਟਲ ਇਦਾਂ ਦੇ ਬਣਾ ਦਿੱਤੇ ਜਾਂਦੇ ਨੇ ਕਿਉਂਕਿ ਜਿਹੜੇ ਸਿਰ ਦਾ ਸਜੋਦਾ ਹਰੇਕ ਕੌਮ ਕੀ ਹੁੰਦੇ ਨੇ ਤੋ ਕਹਿੰਦੇ ਚਾ ਚੱਕ ਦੁੱਖ ਟੇ ਦੇਖੀ ਜੋ ਉਹ ਹੀ ਜੀ ਉਹਨਾਂ ਨੂੰ ਕਾਰਵਾਈ ਰਾਸਨ ਜੀ ਵੀ ਚੰਗਾ ਇੱਕ ਤੋਂ ਕਰਾਓ ਫਿਰ ਬਾਕੀ ਨੂੰ ਡਾਂਗ ਫੇਰੋ ਝੰਡਾ ਫੇਰੋ ਉਹ ਮੈਨੂੰ ਵੀ ਇਹੀ ਲੱਗਦਾ ਹੈ ਵੀ 2024 ਦੀ ਚੋਣ ਦੇ ਵਾਸਤੇ ਇੱਕ ਰਾਸ਼ਟਰ ਵਿਰੋਧੀ ਸਿੱਖਾਂ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਰਹਿਣੀ ਹੈ। ਉਹ ਜਿਹੜਾ ਹੈਗਾ ਇੱਕ ਤਾਂ ਵੀ ਇਹ ਰਾਸ਼ਟਰਪਤੀ ਨੇ ਰਾਸ਼ਟਰ ਨੂੰ ਤੋੜਨਗੇ ਦੂਜਾ ਇਹ ਵੀ ਸਰਕਾਰ ਨੂੰ ਜਮ ਨਹੀਂ ਮੰਨਦੇ। ਇਹ ਤਾਂ ਸਾਡੇ ਸੱਚ ਸਿਸਟਮ ਨੂੰ ਜਿਹੜੀ ਸਰਕਾਰ ਕਾਨੂੰਨ ਨਾਲ ਚੱਲਦੀ ਹੈ ਜਿਹੜੀ ਸਰਕਾਰ ਵਿਧਾਨ ਨਾਲ ਚੱਲਦੀ ਹੈ ਉਹਦੇ ਪ੍ਰਤੀ बेचैनी पैदा करते हैं क्योंकि न्यूज कंडिया जब समझौता करे है जब वापस लंटी वापस रहे ने। जे फिर वापस फिर तो रहने की लड़ ही नहीं इस करके फिर यह वह क्यों करे केस वापस लवाने और कुछ केस वापस भी हो चुके ਫਿਰ ਇਹ ਵਾਅਦਾ ਕਿਉਂ ਕਰ ਰਹੇ ਵੀ ਜਿਹੜੇ ਕਿਸਾਨ ਸ਼ਹੀਦ ਹੋਗੇ ਉਹਨਾਂ ਨੂੰ ਕੋਈ ਕੰਪਨਸੇਸ਼ਨ ਦੇਵਾਂਗੇ ਪੁੱਛ ਨੂੰ ਮਿਲੀ ਵੀ ਹੈ ਭਾਵੇਂ ਸਾਰੇ ਨਹੀਂ ਬਹੁਤ ਥੋੜੇ ਨੂੰ ਮਿਲੀ ਹੈ ਫਿਰ ਤੁਸੀਂ ਵਾਅਦਾ ਕਿਉਂ ਕਰ ਰਹੇ ਵੀ ਐਨਐਸਪੀ ਦੀ ਕਮੇਟੀ ਬਣਾਵਾਂਗੇ ਉਹ ਬਣਾਈ ਹੋਈ ਹੈ ਭਾਵੇਂ ਕੋਈ ਕਮੇਟੀ ਚ ਤਸਰਰੀ ਨਹੀਂ ਆ ਕਿਸਾਨਾਂ ਦੀ ਸੋ ਇਸ ਕਰਕੇ ਇੱਕ ਹੋਈ ਸ਼ੰਕਾ ਜਾਰ ਹੁੰਦੀ ਹੈ ਵੀ ਤੁਸੀਂ ਜੱਤ ਅਗਲੀ ਚਾਕ ਚੋਂ ਤੁਸੀਂ ਉਹਨੂੰ ਭੜੋ ਬਣਾ ਕੇ ਉਹ ਕਰ ਦਿਓ ਪਿੱਛੋਂ ਉਸ ਨਾਲ ਗੱਲਾਂ ਦੇ ਉੱਤੀ ਤੁਸੀਂ ਫਿਰ ਕੇ ਜੋ ਜਿੰਨ ਮੰਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ ਜਿਹੜੀਆਂ ਸਰਕਾਰਾਂ ਹੂ ਜਿਹੜੇ ਹੁਕਮਰਾਨ ਕਹੀ ਹੋਈ ਗੱਲ ਤੋਂ ਹੁਮਨਾ ਸ਼ੁਰੂ ਕਰ ਦੇਣਾ ਉਹਨਾਂ ਦੇ ਫਿਰ ਸ਼ੰਕੇ ਹੋ ਜਾਂਦੇ ਨੇ ਕਹਿੰਦੇ ਕੁਝ ਹੋਰ ਹੂ ਅੱਜ ਹੀ ਇੱਕ ਹੋਰ ਨਵੀਂ ਗੱਲ 2024 ਦੀ ਸਾਡੇ ਮਾਨਯੋਗ ਗ੍ਰਹਿ ਮੰਤਰੀ ਜੀ ਅਮਿਤ ਸ਼ਾਹ ਜੀ ਨੇ ਬਿਆਨ ਦਿੱਤਾ ਵੀ ਸੀਏ ਨੂੰ ਕੋਈ ਰੋਕ ਨਹੀਂ ਸਕਦਾ ਇਹ ਬਿਆਨ ਵੀ 2024 ਦੀ ਚੋਣ ਦੀ ਤਿਆਰੀ ਦਾ ਇੱਕ ਪਾਸੇ ਮੋਦੀ ਸਾਹਿਬ ਤਾਂ ਕਹਿੰਦੇ ਤੁਸੀਂ ਜੀ ਫ੍ਰੀ ਬੀਜ ਦਿੰਨੇ ਹੋ ਰਿਓਣੀਆਂ ਵਰਨਦੇ ਹੋ ਮਹਾਨਾ ਵਰਨਦੇ ਹੋ ਇਹ ਆ ਦਸੰਬਰ ਚ ਖਤਮ ਹੋ ਰਿਹਾ ਸੀ ਜਿਹੜਾ ਇਹ ਆਪਣਾ ਨਿਸ਼ੁਰਕ ਪੋਜਨਾ ਹੈ ਪੂਰ ਸਿਕਿਉਰਟੀ ਦੇ ਅੰਦਰ ਓਜਨ ਸੁਰੱਖਿਆ ਦੇ ਅੰਦਰ ਜਿਹੜਾ ਪ੍ਰਾਈਮ ਮਿਨਿਸਟਰ ਜਿਹੜਾ ਹੈਗਾ ਆਪਣਾ ਅਨ ਯੋਜਨਾ ਜਿਹੜੀ ਹੈ ਉਹੋ ਹਤਮ ਹੋ ਰਹੀ ਸੀ 1 ਇੱਕ ਸਾਲ ਵਾਸਤੇ ਵਧਾਤੀ 5 ਸਾਲ ਵਾਸਤੇ 5 ਸਾਲ ਵਾਸਤੇ ਵਧਾਤੀ ਆਮ ਸੋਰੀ 1 ਸਾਲ ਕੇ ਗਿਆ ਅਰੋੜ ਦੇ ਚ ਕਹਿੰਦੇ 11.5 ਲੱਖ ਕਰੋੜ ਰੁਪਏ ਖਰਚ ਹੁੰਦਾ ਹੈ ਹਰ ਸਾਲ 2.17 ਲੱਖ 17000 19000 ਖਰਚ ਹੁੰਦਾ ਹੈ ਹਾਲਾਂਕਿ ਅਸਲੀ ਜਿਹੜਾ ਖਰਚਾ ਹੁੰਦਾ ਸੀ 5.65 ਲੱਖ ਤੋਂ ਘਟ ਕੇ 2.17 ਰਹਿ ਗਿਆ ਇਹਦੇ ਵੰ ਤੁਸੀਂ ਭੋਜਨ ਸਿਰਖੇ ਤੱਕ ਢਾਈਆ ਵਧਾਈ ਨਹੀਂ ਪਰ ਜਿਹੜਾ 2.17 ਵੀ ਤੁਸੀਂ ਖਤਮ ਕਰਨਾ ਸੀ ਦਸੰਬਰ ਜੋ ਕਹਤਾ ਵੀ ਅਸੀਂ ਹੁਣ ਪੰਜ-ਛੇ ਤਿਲਾਵਾਂਗੇ ਇੱਕ ਪਾਸੇ ਤੁਸੀਂ ਇਹੋ ਜੀਆਂ ਯੋਜਨਾਵਾਂ ਦੇ ਰਹੇ ਹੋ ਤੁਸੀਂ ਕਿਸਾਨਾਂ ਦੀ ਐਮਐਸਪੀ ਜਨਰਲ ਤਾਇ ਕਰਨ ਦੀ ਬਜਾਏ ਮੱਧ ਪ੍ਰਦੇਸ਼ ਕਹਿ ਰਹੇ ਹੋ ਕਿ ਅਸੀਂ 1000 ਰੁਪਏ ਵਾਧੂ ਦੇਾਂਗੇ ਐਮਐਸਪੀ ਐਮਐਸਪੀ ਤੋਂ 1000 ਰੁਪਏ ਵਾਧੂ ਦੇਾਂਗੇ ਫ੍ਰੀ ਕਰਾਂਗੇ ਤੇ ਦੂਜੇ ਪਾਸੇ ਤੁਸੀਂ ਕਹਿੰਦੇ ਹੋ ਸਿਲੰਡਰ ਸੀ ਹੁਣ ਮੁਫਤ ਹੋ ਰਹੂਗਾ ਦਾਤਾ ਆਪੀ ਤੁਸੀਂ ਫ੍ਰੀ ਬੀਜ਼ ਦੇ ਦੇ ਰਹੇ ਹੋ ਤੇ ਲੋਕਾਂ ਨੂੰ ਕਹਿੰਦੇ ਨੇ ਰੂਣੀਆਂ ਬਣਦੇ ਹੋ ਇਥੇ ਇਹ ਪਤਾ ਲੱਗਦਾ ਵੀ ਇੱਕ ਪਾਸੇ ਤੁਸੀਂ ਇਹਨੂੰ ਕਹਿੰਦੇ ਨੇ ਕੈਰਟ ਐਂਡ ਸਟਿਕ ਦੀ ਪੱਸੀ ਇੱਕ ਪਾਸੇ ਡੰਡਾ ਵੀ ਫੇਰੋ ਦੂਜੇ ਪਾਸੇ ਲਾਂਚ ਵੀ ਦਿਓ ਤੇ ਇਹ ਮੈਨੂੰ ਆਇ ਲੱਗਦਾ ਹੈ ਵੀ ਇਹਦੇ ਵਿੱਚ ਜਿਹੜਾ ਪੰਜਾਬ ਦਾ ਸਾਡਾ ਨੌਜਵਾਨ ਹੈ ਜਿਹੜੀ ਸਿੱਖ ਕਮਿਊਨਿਟੀ ਹੈ ਉਹਨੂੰ ਵਿੱਚ ਫਸਣਾ ਨਹੀਂ ਚਾਹੀਦਾ ਸਮਝਣਾ ਚਾਹੀਦਾ ਹੈ ਗੁਰੂ ਸਾਹਿਬ ਨੇ ਇਹੀ ਜੀ ਸਿਚੁਏਸ਼ਨ ਤੇ ਦੱਸਿਆ ਹੈ ਮੱਛਲੀ ਜਾਲ ਨਾ ਜਾਣਿਆ ਮੱਛਲੀ ਜਾਲ ਨਾ ਜਾਣਿਆ ਸਰਖਾਰਾ ਸਗਾ ਹੋ ਠੀਕ ਹੈ ਉਹਨੂੰ ਪਤਾ ਹੀ ਨਹੀਂ ਇਹ ਤਾਂ ਖਾਨਾ ਸਮੁੰਦਰ ਹੈ ਕਿਉਂ ਕਿ ਤੂੰ ਵਸਾਉਂ ਕਿਉਂ ਵਸਾ ਘਰਿਆ ਸੋ ਸਾਡੀ ਜਿਹੜੀ ਸਿੱਖ ਕਮਿਊਨਿਟੀ ਹੈ ਉਹਨੂੰ ਗੁਰੂ ਗ੍ਰੰਥ ਸਾਹਿਬ ਤੇ ਹਰ ਪਾਸੇ ਦਾ ਜਵਾਬ ਮਿਲਦਾ ਹੈ ਅੱਤ ਸਿਆਣੀ ਸੋਣੀ ਕਿਉਂ ਕੀਤਾ ਵਸਾਉ ਐਨੀੂੰ ਚਮਕਦਾ ਆ ਰਹੇ ਦੇਖਣ ਨੂੰ ਚੰਗੀ ਲੱਗਦੀ ਆ ਤੇਰੀ ਉੱਤੇ ਜਿਹੜੇ ਹੁੰਦੇ ਨੇ ਕੰਡੇ ਜੇ ਤੇ ਤੂੰ ਵਸਾ ਕਿਉਂ ਕੀਤਾ ਜੀ ਰਿਸਿਕ ਕੌਮ ਸਿੱਖ ਯੁੱਧ ਹੈ ਉਹਨੂੰ ਵੀ ਸਮਝ ਲੈਣਾ ਚਾਹੀਦਾ ਹੈ ਵੀ ਇਹ ਝਾੜ ਹੈ ਦੂੰਗੇ ਸਮੁੰਦਰ ਚ ਖਾਰੇ ਚ ਅਸੀਂ ਐਨੇ ਗੁਰਮਾਨੀਆਂ ਦੇ ਨਾਲੇ ਅਸੀਂ ਐਨੇ ਜੋਸ਼ ਵਾਲੇ ਅਸੀਂ ਐਨੇ ਦੇਸ਼ ਭਗਤੀ ਵਾਲੇ ਅਸੀਂ ਵਸਾ ਕਿਉਂ ਕਰੀਏ ਅਸੀਂ ਅਨਾਂ ਤੇ ਵਿਸ਼ਵਾਸ ਕਰਕੇ ਅਸੀਂ ਧੋਖੇ ਚ ਕਿਉਂ ਆਈਏ ਕਿਉਂਕਿ ਮੈਂ ਇੱਕ ਲਾਈਨ ਫਿਰ ਮੈਂ ਤੁਹਾਡਾ ਸਵਾਲ ਲੈਣਾ ਇੱਕ ਲਾਈਨ ਹੀ ਕਹਿ ਕੇ ਨੂੰ ਤਾਂ ਕਹਿਣ ਵਾਲੇ ਹੋਰ ਬੜਾ ਕੁਝ ਕਹੀ ਜਾਂਦੇ ਵੀ ਆਏ ਜੀ ਫਲਾਣਾ ਇੱਕ ਤਾਂ ਗੱਪ ਨਹੀਂ ਮਾਰਨਾ ਚਾਹੀਦਾ ਵੀ ਉਸੀ ਤੋ ਜਿਵੇਂ ਹੋ ਗਿਆ ਆ ਹੋ ਗਿਆ ਪਰ ਇਹ ਤਾਂ ਸੱਚ ਹੈ ਵੀ ਆਜ਼ਾਦੀ ਦੀ ਲੜਾਈ 'ਚ ਕੁਰਬਾਨੀਆਂ ਜਹਾਦਦ ਕੁਰਕੀਆਂ ਖਾਂਸੀਆਂ ਤਾਰੇ ਪਾਣੀ ਦਾ ਸਜਾ ਉਹ ਸਭ ਤੋਂ ਜ਼ਿਆਦਾ ਪੰਜਾਬੀਆਂ ਨੇ ਤੇ ਪੰਜਾਬੀਆਂ ਚ ਸਭ ਤੋਂ ਜ਼ਿਆਦਾ ਸਿੱਖਾਂ ਨੇ ਚੱਲਿਆ। ਜ਼ਿਆਦਾ ਨਕਲ ਕੂਕੀਆਂ ਨੇ। ਉੱਤੀ ਪੱਤੀ ਬੰਨਾਂ ਨੂੰ ਕੱਠੇ ਭਰੇ। 66 ਕੂਕਿਆਂ ਨੂੰ ਉਡਾਇਆ ਗਿਆ ਤੋਪਾਂ ਨਾਲ। ਕਦੇ ਬਸਤੇ ਬੁੱਛਣਾ ਨੂੰ ਵੀ ਗਊ ਗੋਵਦ ਨਹੀਂ ਹੋੁੰਦੇ ਨਾ। ਆ ਜਿਹੜੇ ਗਊ ਪੂਜਕ ਨੇ ਇਹਨਾਂ ਨੇ ਤਾਂ ਕਦੇ ਇੱਕ ਇੱਕ ਨੇ ਆਪ ਦੀ ਉਂਗਲੀ ਨਹੀਂ ਕਟਾਈ ਗੋਵਦ ਤੇ ਉਸ ਤੇ ਉੱਤੇ। ਪੁੱਛ ਕੇ ਦੇਖੋ। ਕੋਈ ਦੱਸੇ ਵੀ ਜਿਹਨੇ ਗੋਵਦ ਦੇ ਉੱਤੇ ਉਂਗਲ ਕਟਾਈ ਹੋਵੇ 66 ਕੂਕਿਆਂ ਨੇ ਹੀਦੀਆਂ ਦਿੱਤੀਆਂ ਨੇ। ਰੂਪ ਅੱਗੇ ਖੜ ਕੇ ਉਡਾਏ ਗਏ ਨੇ। ਤੋ ਇਸ ਕਰਕੇ 25 ਸੀਗੇ 24 ਕਰਤਾਰ ਸਿੰਘ ਸਰਾਬੇ ਹੋਰੀ ਜਿਨ੍ਹਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਸੀ ਜਿਨ੍ਹਾਂ ਚੋਂ ਫਿਰ ਕਤਾਰਾ ਨੂੰ ਨਹੀਂ ਦਿੱਤੀ 7 ਨੂੰ ਫਾਂਸੀ ਦਿੱਤੀ ਗਈ 16 ਨਵੰਬਰ ਨੂੰ ਇਹ ਨੱਕ ਗਿਆ ਤੋ ਸਾਨੂੰ ਇਹ ਸਮਝਣਾ ਚਾਹੀਦਾ ਹੈ ਜਿੰਨੀਆਂ ਕਈ ਮਨੀਪੁਰ ਛੋਰੀਆ ਹੈ ਚਾਹੇ ਇੱਧਰ ਜੰਮੂ ਕਸ਼ਮੀਰ ਛੋਰੀਆ ਜਾਂ ਕਿਤੇ ਹੋਰ ਹੋ ਰਿਹਾ ਹੈ ਜਦ ਲਾਸ਼ਾਂ ਤਰੰਗੇ ਚ ਡਿਫਟੀਆਂ ਹੁੰਦੀਆਂ ਨੇ ਉਹਨਾਂ ਚ ਗਿਣਤੀ ਸਾਡੀੋਂ ਜ਼ਿਆਦਾ ਹੁੰਦੀ ਹੈ ਜੇ ਅੰਨ ਪੈਦਾ ਕਰਕੇ ਦਿੱਤਾ ਵੀ ਅਸੀਂ ਦਿੱਤਾ ਸੋ ਥਾਜ ਵੀ ਅਸੀਂ ਚਲਾ ਰਿਹਾ ਅੰਨ ਵੀ ਅਸੀਂ ਦੇ ਰਿਹਾ ਤੇ ਵਾਰ ਵੀ ਸਾਡੀ ਚ ਹੈ ਇਹ ਜਿਹੜੀ ਗੱਲ ਹੈ ਨਾ ਆਜ਼ਾਦ ਵੀ ਅਸੀਂ ਕਰਾਇਆ ਮੁੜਕ ਆਜ਼ਾਦ ਕਰਾਉਣ ਚ ਵੀ ਸਾਡੀ ਭੂਮ ਕਬੱਡੀ ਵੱਡੇ ਵੀ ਅਸੀਂ ਗਏ ਟੁੱਕੇ ਵੀ ਅਸੀਂ ਗਏ ਵੰਡੇ ਵੀ ਅਸੀਂ ਗਏ ਕਾਹច ਸਾਡੀ ਭੂਮ ਕਾ ਮਾਰੀ ਅਸੀਂ ਉਹ ਜਾਣਿਆ ਫਿਰ ਵੀ ਹਾਂ ਨਹੀਂ ਪੈਦਾ ਕਰ ਦਿੱਤਾ ਭੁੱਖੇ ਮਰਦੇ ਦੇਸ਼ ਨੂੰ ਫੇਰ ਸਾਡੇ ਤੇ ਦੋਸ਼ ਵੀ ਤੁਸੀਂ ਪਰਾਣੀ ਸਾੜ ਦਿਓ ਜੀ ਤੁਸੀਂ ਪਾਣੀ ਦਾ ਇਹ ਕਰ ਦਿਓ ਜਿੰਨਾ ਇਹ ਬੰਦੂ ਕਰਿਆ ਜਾ ਰਿਹਾ ਪੰਜਾਬ ਨੂੰ ਇਹ ਇਸੇ ਕਰਕੇ ਕਰਿਆ ਜਾ ਵੀ 2024 ਕਿਉਂਕਿ ਇਹਨੂੰ ਇਹ ਮੰਨਣ ਨੂੰ ਤਿਆਰ ਹੀ ਨਹੀਂ ਵੀ ਇਹ ਪੰਜਾਬੀਆਂ ਦਾ ਸੂਬਾ ਹੈ ਕਹਿੰਦੇ ਸਿੱਖਾਂ ਦਾ ਹੈ ਸਿੱਖਾਂ ਨੂੰ ਬੰਦੂ ਕਰਨ ਵਾਸਤੇ ਪੰਜਾਬੀਆਂ ਨੂੰ ਬੰਦੂ ਕਰਨ ਵਾਸਤੇ ਪੂਰਾ ਜੋਰ ਲੱਗਿਆ ਹੋਇਆ ਹੈ ਔਰ ਮੈਨੂੰ ਲੱਗਦਾ ਵੀ ਸਾਨੂੰ ਚੇਤਨ ਰਹਿਣਾ ਪੈਗਾ ਹਾਂਜੀ ਹੁਣ ਤੁਸੀਂ ਸਵਾਲ ਕਰੋ ਤਾਂ ਕਿ ਮੈਂ ਆਖਰੀ ਸਵਾਲ ਲਵਾਂਗਾ ਕਿ ਨਾਲੋਂ ਨਾਲ ਜਦੋਂ ਅਸੀਂ ਗੁਰਪਤਵੰਤ ਪੰਨੂ ਦੇ ਜਾਂ ਖਾਲਸਾਤਨ ਦੇ ਉਹਦੇ ਮੁੱਦਿਆਂ ਦੀ ਜਦੋਂ ਚਰਚਾ ਚੱਲਦੀ ਆ ਵਿਸ਼ੇਸ਼ ਪੱਧਰ ਦੇ ਉੱਤੇ ਤਾਂ ਇੱਥੇ ਜਿਵੇਂ ਬੰਦੀ ਸਿੰਘਾਂ ਦੀ ਗੱਲ ਆ ਉਹਨੂੰ ਰਾਜੋਆਣਾ ਸਾਹਿਬ ਜਿਹੜੇ ਨੂੰ ਅੜੇ ਕੋਈ ਨੂੰ ਕਹਿੰਦੇ ਮੈਂ ਪੋਖੜਤਾਲ ਕਰਨੀ ਕਰਨੀ ਹੈ ਚਰੂਨੀ ਕਮੇਟੀ ਵਾਲੇ ਉਹਨਾਂ ਨੂੰ ਕਹਿ ਰਹੇ ਨੇ ਕਿ ਸਿੱਖ ਧਰਮ 'ਚ ਕੋਈ ਪੋਖੜਤਾਲ ਨਹੀਂ ਹੁੰਦੀ ਤੁਸੀਂ ਪੋਖੜਤਾਲ ਨਾ ਕਰੋ ਅਸੀਂ ਤੁਹਾਡੇ ਮਸਲੇ ਨੂੰ ਸੁਝਾਉਂਦੇ ਆ ਉਧਰੋਂ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਹੈ ਉਹਨੇ 20 ਦਸੰਬਰ ਨੂੰ ਜਿਹੜਾ ਅਕਾਲੀ ਦਲ ਵਾਲੇ ਕਹਿੰਦੇ ਕਿ ਅਸੀਂ ਰਾਸ਼ਟਰਪਤੀ ਸਾਹਿਬ ਦੇ ਭ ਕਿਉਂਕਿ ਇਹ ਸਿੱਖਿਆ ਦੇ ਮਸਲਿਆਂ ਨੂੰ ਸਿੱਕ ਮਾਨਸਿਕਤਾ ਨੂੰ ਜਿਹੜੀਆਂ ਸਿੱਧੇ ਤੌਰ ਉਤੇ ਅਸਰ ਕਰਦੀਆਂ ਨੇ ਜਿਵੇਂ ਮੈਂ ਕਿਹਾ ਕਿ ਉਹਨਾਂ ਦੇ ਅੰਦਰ ਇਹੋ ਜੀ ਭਾਵਨਾ ਪ੍ਰਗਟ ਹੁੰਦੀ ਹੈ ਕਿ ਜੀ ਕੀ ਬਾਕੀ ਅਸੀਂ ਬੁਲਾਵਾਂ ਫਿਰ ਉਹ ਜੀਆਂ ਵੀਡੀਓਜ਼ ਜਿਹੜੀਆਂ ਉਹਨਾਂ ਦੇ ਸਾਹਮਣੇ ਆ ਜਾਂਦੀਆਂ ਇਹ ਸਾਰਾ ਕੁਝ ਉਹਨਾਂ ਦੇਖਣ ਨੂੰ ਮਿਲਦਾ ਕਿਦਰੀ ਕੋ ਜੀ ਜਗਤਾਰ ਸਿੰਘ ਅਵਾਰਾ ਵਰਗਿਆਂ ਨੂੰ ਛੱਡਿਆ ਨਹੀਂ RAM ਰਿੰਗ ਵਰਗਿਆਂ ਨੂੰ ਛੱਡਤਾ ਤਾਰਾ ਨੂੰ ਜਿਹੜਾ ਭੈਣ ਦੇ ਭਤੀਜੀ ਦੇ ਵਿਆਹ ਦੇ ਲਈ ਮਸਾਂ 2 ਘੰਟੇ ਦਾ ਸਮਾਂ ਦਿੱਤਾ ਮਤਲਬ ਇਹ ਸਾਰਾ ਕੁਝ ਜਦੋਂ ਦੇਖਣ ਨੂੰ ਮਿਲਦਾ ਹੈ ਤਾਂ ਇਹ ਸਾਰਾ ਕੁਝ ਉਸੇ ਤਰੀਕੇ ਦਾ ਹੀ ਲੱਗਦਾ ਹੈ ਕਿ ਸਿੱਖਾਂ ਦੇ ਉੱਤੇ ਇੱਕ ਦਬਾਅ ਜਿਹਾ ਬਣਾ ਕੇ ਰੱਖੂ ਜੇ ਰਾਜਵਾਨਾ ਸਾਹਿਬ ਹੁਣੇ ਇਹ ਗੱਲਾਂ ਕਹਿ ਰਹੇ ਨੇ ਕਿ ਮੇਰੀ ਰਹਿਮ ਦੀ ਅਪੀਲ ਤੁਸੀਂ ਇੰਨਾ ਲੰਮਾ ਸਮਾਂ ਢਕਾ ਕੇ ਰੱਖੀ ਅਕਾਲੀ ਦਲ ਨਾਲੇ ਤੇ ਸ਼ੋਗਨੀ ਕਮੇਟੀ ਨਾਲ ਜਾ ਕੇ ਅਕਾਲ ਤਖਤ ਸਾਹਿਬ ਦੇ ਮਾਫੀ ਮੰਗਣ ਤੇ ਇਹ ਸਾਰੀਆਂ ਜਿਹੜੀਆਂ ਮੈਨੂੰ ਕਿਤੇ ਨਾ ਕਿਤੇ ਰਲਦੀਆਂ ਲੱਗਦੀਆਂ ਇਹ ਖਬਰਾਂ ਕਿ ਸਾਰਾ ਕੁਝ ਸਿੱਖਾਂ ਦੇ ird gird ਘੁੰਮ ਰਿਹਾ ਤੇ ਕੋ ਸਾਰਾ ਕੁਝ ਮੁੱਕਦਾ ਜਾ ਕੇ 2024 ਤੇ ਹੀ ਹੈ। ਬਿਲਕੁਲ ਠੀਕ ਹੈ ਤੁਸੀਂ। ਮੈਂ ਸਮਝਦਾ ਇਸ ਗੱਲ ਨਾਲ। ਆ ਜਿਹੜਾ ਕੰਮ ਇਨਸਾਫ ਮੋਰ ਸਾਹਿਬ ਲੱਗਿਆ ਹੋਇਆ ਹੈ। ਇਹਦੇ ਬਾਰੇ ਸਭ ਨੂੰ ਪਤਾ ਵੀ ਨਾਨਕਪੁਰ ਸਾਹਿਬ ਦੇ ਔਰ ਇਹਨਾਂ ਨੇ ਆਪ ਕਹਿ ਆ ਵੀ ਸਾਡੀ ਆ ਮੀਟਿੰਗ ਹੋਈ ਆ ਹੋਈ ਮੇਰੇ ਕੋਲ ਤਾਂ ਰਿਕਾਰਡ ਪਏ ਨੇ ਠੀਕ ਹੈ ਤੇ ਉਹਦੇ ਵਿੱਚ ਜਿਹੜਾ ਹੈਗਾ ਵੀ ਤੁਸੀਂ ਬੰਦੀ ਸਿੰਘਾਂ ਦੀ ਰਿਹਾਈ ਦੀ ਜੇ ਗੱਲ ਕਰੀਏ ਰਾਮ ਰਹੀਮ ਨੂੰ ਤੁਸੀਂ ਛੱਡ ਸਕਦੇ ਹੋ ਤੁਸੀਂ ਜਿਹੜੇ ਬਨਕਸਵਾਨ ਵਾਲੇ ਨੇ ਉਹਨਾਂ ਦੀ سزا ਘੱਟ ਕਰ ਸਕਦੇ ਹੋ ਰਾਮ ਰਹੀਮ ਨੂੰ ਯਾ ਮਤਲਬ 1 ਸਾਲ ਚ ਬੰਦੇ ਨੂੰ ਨਾ 98 ਦਿਨ ਦੀ ਪ੍ਰੋਲ ਔਰ ਫਰਲੋ ਮਿਲ ਸਕਿਆ ਵਦ ਤੋਂ ਵਦ ਉਹਨੂੰ 91 ਦਿਨ ਦੀ ਪਿਛਲੇ ਸਾਲ ਮਿਲੀ 91 ਦਿਨ ਦੀ ਅੱਜ ਕਿ ਮਿਲੀ ਫਰਲੋ ਤਾਂ ਹੁੰਦੀ ਆ ਉਹ ਵੀ ਉਹ سزا ਵੀ ਕੱਟ ਜਾਂਦੀ ਉਹ ਨਹੀਂ ਕਿੰਨੀ ਫਰ ਲੋ ਦਿੱਤੀ ਹੋਈ ਹੋਵੇ ਤੇ ਜਿਹੜੀ ਹੈਗੀ ਅਪਰੋਲ ਉਹਦੇ ਚ ਉਹ ਸਜ਼ਾ ਉਹ ਛੁੱਟੀ ਹੁੰਦੀ ਆ ਕਿਸਮ ਦੀ ਛੁੱਟੀ ਹੈ ਜਿਹੜੀ ਉਹਦਾ ਚ ਫਿਰ ਹਿਸਾਬ ਦੇਣਾ ਪੈਂਦਾ ਨਾ ਸੋ ਪਰ ਤੁਸੀਂ ਜਿਹੜਾ ਇੰਨਾ ਜਿਹਦੇ ਉੱਤੇ 20 20 ਸਾਡੀ ਚਾਰ ਵਾਰੀ ਹੋਈ ਹੋਈ ਹੈ ਦੋ ਵਾਰੀ ਤਾਂ ਹੋਈ ਪਹਿਲੇ ਕੇਸ ਚ ਵੀ ਇਹਨੇ ਜ਼ਬਰਜਨਾ ਕਰੇ ਨੇ ਫੇਰ ਇੱਕ ਛੱਤਰ ਪੱਤੀ ਦੇ ਕੇਸ ਚ 20 ਸਾਡੀ ਹੋਈ ਖੇਡ ਜਿਹੜਾ ਕੋ ਡਰਾਈਵਰ ਮਾਰਿਆ ਸੀ ਉਹਦੇ ਕੇਸ ਚ 20 ਸਾਡੀ ਹੋਈ ਉਹਨਾਂ ਦਾ ਚੱਡੀ ਜਨੋ ਨਹੀਂ 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 ਇਹ ਨਹੀਂ ਇਹ ਤਾਂ ਇਸ ਨੇ ਭਾ ਇਹ ਜਿਨ੍ਹਾਂ ਨੇ ਉਹ ਤਾਂ ਸੀਗੇ ਮੁਜਰਮਾਨਾ ਜ਼ੁਰਮ ਕੀ ਹੋਤਾ ਪਰ ਜਿਨ੍ਹਾਂ ਨੇ ਪੋਲੀਟੀਕਲ ਕਤਲ ਕਰੇ ਨਹੀਂ ਤੁਸੀਂ ਪੋਲੀਟੀਕਲ ਕਤਲਾਂ ਨੂੰ ਨੈਤਿਕ ਕਤਲਾਂ ਦੇ ਨਾਲ ਕਿਵੇਂ ਜੋੜੋਗੇ ਇਹ اخلاقی ਕਤਲ ਹੋਰ ਚੀਜ਼ ਹੈ ਇਹ ਸਿਆਸੀ ਕਤਲ ਉਹਦੇ ਬਰਾਬਰ ਦੇ ਨਹੀਂ ਹੋ ਸਕਦੇ ਉਹ ਤਾਂ ਉਦੋਂ ਘੱਟ ਹੁੰਦੇ ਨੇ ਸੋ ਜੇ ਉਹ ਤੁਸੀਂ ਨਹੀਂ ਛੱਡਦੇ ਇਹ ਵਿਤਕਰਾ ਹੈਗਾ ਪਰ ਜੇ ਕੋਈ ਕਦੇ ਸਿੱਖਾਂ ਨਾਲ ਆਲ ਇਹ ਸਿੱਖਾਂ ਨਾਲ ਨਹੀਂ ਹੈ ਇਹ ਹਰੇਕ ਨੂੰ ਵਰਤਣ ਵਾਸਤੇ ਜਾਂ ਜਿਹੜੇ ਉਹਦਾ ਵਿਰੋਧ ਕਰਦੇ ਨੇ ਸਿੱਖਾਂ ਨੇ ਵਿਰੋਧ ਕਰਿਆ ਸਿੱਖਾਂ ਨਾਲ ਵੀ ਹੈ ਤੁਸੀਂ ਮੈਨੂੰ ਇਹ ਦੱਸੋ ਵੀ ਜਿਹੜੇ ਉਹ ਸਾਈ ਬਾਬਾ ਹੋਣੀ ਰੱਖੇ ਨੇ ਉਹਨਾਂ ਚ ਜਵੰਤ ਵੀ ਨਹੀਂ ਹੋ ਰਹੀ ਐਤੋਂ ਉਹਨਾਂ ਦਾ ਕੇਸ ਹੀ ਨਹੀਂ ਫੈਸਲਾ ਹੋਇਆ ਉਹਨਾਂ ਦਾ ਪੈਗਾਸਸ ਵੀ ਪਾਤਾ ਉਹਨਾਂ ਚ ਕੋਈ ਵੀ ਸਿੱਖ ਹੈਗਾ ਸੁਦਾ ਪੱਤ ਜੋ ਸਿੱਖ ਹੈ ਉਹਦਾ ਬ੍ਰਾਹਮਣ ਹੈ ਇਹ ਕਹਿੰਦਾ ਬ੍ਰਾਹਮਣਵਾਦ ਰਾਜ ਕਰਦਾ ਬ੍ਰਾਹਮਣਵਾਦ ਰਾਜ ਕਰਦਾ ਬ੍ਰਾਹਮਣ ਨਹੀਂ ਰਾਜ ਕਰ ਰਹੇ ਬ੍ਰਾਹਮਣ ਤਾਂ ਮਰਦੇ ਪੁੱਠੇ ਮਰਦੇ ਨੇ Hindu पवार ਰਾਜ ਕਰਦਾ ਹੈ Hindu ਰਾਜ ਨਹੀਂ ਕਰ ਰਿਹਾ Hindu ਤਾਂ ਮਰਦੇ ਪੁੱਠੇ ਮਰਦੇ ਨੇ ਕਰੋਨਾ ਚ ਕਿੰਨੇ Hindu ਮਰੇ ਨੇ ਤੋਂ ਜਿਹੜਾ ਬੰਦਾ ਇਹ ਕਹਿੰਦਾ ਹੈ ਵੀ ਸਾਡੇ ਸਿੱਖਾਂ ਨਾਲ ਤਾਂ ਇਹ ਬ੍ਰਾਹਮਣਵਾਦ ਬ੍ਰਾਹਮਣ ਕਰ ਰਹੇ ਨੇ ਜਾਂ Hindu ਕਰ ਉਹ ਗਲਤ ਹੈ ਇਹ ਹੀ ਉਹ ਕਹਿੰਦਾ ਵੀ ਸਾਡੇ ਕੱਦਿਆਂ ਨਾਲ ਹੋ ਰਿਹਾ ਜੀ ਹੋਰਾਂ ਨਾਲ ਨਹੀਂ ਹੋ ਰਿਹਾ ਹੋ ਰਿਹਾ ਹੈ ਮੁਸਲਮਾਨ ਨਾਲ ਕੱਟ ੱਟਾ ਹੋ ਰਿਹਾ ਹੈ ਦੰਤਾ ਨਾਲ ਕੱਟ ਹੋ ਰਿਹਾ ਹੈ ਜਲੇਪੀ ਮਾਕੋਲੇ گاਉਂ ਨੇ ਉਹ ਦਵਲ ਕੰਮ ਹੈ ਉਹ ਦੰਤ ਵੀ ਨੇ ਉਹ ਉੰਕੀ ਜੱਥੀਆਂ ਵੀ ਨੇ ਕਿਉਂਕਿ ਜਿਹੜੀ ਲੜਾਈ ਸੀ ਪੀ ਮਾਕੋਲੇ گاਉਂ ਦੀ ਉਹ ਦੰਤਾਂ ਦੀ ਕਿਉਂਕਿ ਦੰਤਾਂ ਨੇ ਅੰਗਰੇਜ਼ ਦੇ ਹੱਕ ਚੜੜੀ ਸੀ ਉਹ ਦਿਨ ਮਨਾ ਰਹੇ ਸੀ ਉੱਥੇ ਆਰਐਸਐਸ ਨਾਲ ਲੜਾਈ ਸੀ ਫਿਰ ਜਿਹੜੀ ਕੁੜੀ ਸੀ ਜਿਹਨੇ ਜੀਐਨਯੂ ਤੋਂ ਫੜਿਆ ਸੀ ਉਹਨੇ ਤਾਂ ਇੱਛਤਾ ਪਕੈਣ ਹੈ ਨਾ ਵੀ ਚਲੋ ਵਿਆਹ ਵਾਸਤੇ ਪਰੋਲ ਮਿਲ ਗਈ ਕੁਝ ਘੰਟਿਆਂ ਦੀ ਉਹਦਾ ਤਾਂ ਬਾਹ ਬਿਮਾਰ ਸੀ ਉਹਨੂੰ ਬੁੱਕ ਆਫਟਰ ਕਰਨ ਵਾਲਾ ਕੋਈ ਨਹੀਂ ਸੀ ਉਹਨਾਂ ਦਾ ਕੋਈ ਪਰ ਉਹ ਨਹੀਂ ਦਿੱਤੀ ਸੀ ਜਵਾਨਤ ਨਹੀਂ ਦਿੱਤੀ ਸੀ ਪਰ ਉਹ ਤਾਂ ਉਦੋਂ ਵੱਡੀ ਗੱਲ ਹੁੰਦੀ ਆ ਜਵਾਨਤ ਨਹੀਂ ਦਿੱਤੀ ਸੀ ਉਸ ਨੂੰ ਪਰ ਫਿਰ ਜਦੋਂ ਦਾ ਬਾਪ ਮਰ ਜਾਂਦਾ ਹੈ ਫਿਰ ਇਹ ਕਹਿ ਕੇ ਜੱਜ ਸਾਹਿਬ ਵੱਡੀ ਆਪਣੇ ਆਪ ਨੂੰ ਵੱਡਾ ਦਿਖਾ ਰਹੇ ਨੇ ਇਹ ਕਹਿ ਕੇ ਕਿ ਚਲੋ ਹੁਣ ਤੂੰ ਇਹਦੀਆਂ ਨਾ ਆਖਰੀ ਰਸਮਾਂ ਨਿਭਾ ਲਈ ਹੁਣ ਸਭ ਦੇ ਬਾਪ ਨੂੰ ਧਿਆਉਣ ਦੇ ਨੂੰ ਦੇਖਣ ਦਾ ਮੌਕਾ ਨਹੀਂ ਦਿੱਤਾ ਗਿਆ ਉਹ ਕੋਈ ਸਿੱਖ ਨਹੀਂ ਸੀ ਉਹ ਕੋਈ ਮੁਸਲਮਾਨ ਵੀ ਨਹੀਂ ਸੀ ਉਹ ਕੋਈ ਸਾਈ ਵੀ ਨਹੀਂ ਸੀ ਤੇ ਰਗ ਦੀ ਗੱਲ ਜੋ ਮਨੀਪੁਰ ਚ ਆਦਿਵਾਸੀ ਔਰਤਾਂ ਨਾਲ ਹੋਇਆ ਜਿਹੜੀਆਂ ਇਥੋਂ ਦੇ ਮੂਲ ਨਿਵਾਸੀ ਨੇ ਉਹ ਕਦੇ ਤੁਸੀਂ ਸੁਣਿਆ ਹੁੰਦਾ ਨਹੀਂ ਨਾ ਆਪਣਾ ਇਹ ਨੂੰ ਜੇ ਤੰਗ ਨਜ਼ਰੀ ਨਾਲ ਦੇਖਾਂਗੇ ਵੀ ਸ਼ਾਇਦ ਕਦੇ ਸਿੱਖਾਂ ਨਾਲ ਹੋ ਰਿਹਾ ਹੈ ਇਹ ਨਹੀਂ ਹੈ ਬਲਕਿ ਸਿੱਖਾਂ ਨੂੰ ਵੀ ਉਸੇ ਤਰ੍ਹਾਂ ਭੜਕਾਇਆ ਜਾਂਦਾ ਹੈ ਸਾਇਆਚੂਈ ਇਹਨਾਂ ਦੇ ਬੰਦੇ ਹੈਗੇ ਨੇ ਮੁਸਲਮਾਨਾਂ ਚ ਵੀ ਹੈਗੇ ਨੇ ਹਲੋਕ ਤਾਂ ਵੈਸੇ ਹੀ ਦੇ ਉੱਤੇ ਛਣਿਆਮ ਚਾਰਜ ਲਾਉਂਦੇ ਨੇ ਵੀ ਹੁਣ ਆ ਕੇਸੀਆਰ ਨੂੰ ਜਿਤਾਉਣ ਵਾਸਤੇ ਇਹਨਾਂ ਨੂੰ ਲੱਗਦਾ ਕਿ ਜੇ ਕਾਂਗਰਸ ਨਾਲ ਜਿੱਤੇ ਬੀਜੇਪੀ ਔਰ ਓਬੀਸੀ ਉਧਰ ਵੋਟਾਂ ਪਾਉਣਗੇ ਸਾਰੇ ਅਜਪਈ ਨੇ ਵੋਟਾਂ ਸੋ ਇਸ ਕਰਕੇ ਇਹ ਗੱਲ ਨੂੰ ਆਪਾਂ ਸਮਝੀਏ ਕਿ ਧੱਕਾ ਤਾਂ ਹੋ ਰਿਹਾ ਹੈ ਇੱਥੇ ਕੋਈ ਸ਼ੱਕ ਨਹੀਂ ਹੈ ਜਦ ਜਿਹੜੇ ਬੰਦੇ ਨੇ ਸਜ਼ਾ ਪੂਰੀ ਕਰ ਲਈ ਤੁਸੀਂ ਉਹਨੂੰ ਵੀ ਨਹੀਂ ਛੱਡਦੇ ਉਹਦੇ ਉਲਟ ਦੂਜੇ ਜਿਹੜਾ ਡਡੇ ਸੰਗੀਨ ਜੁਰਮ ਨੇ ਉਹਨਾਂ ਨਾਲ ਧੱਕਾ ਹੋ ਰਿ ਪਰ ਇਹ ਸਮਝੀ ਉਹ ਜਾਣ ਬੁੱਝ ਕੇ ਜਿਵੇਂ ਕਿਸੇ ਨੂੰ ਮਾਰਨਾ ਹੋਵੇ ਵੱਖ-ਵੱਖ ਕਰਕੇ ਮਾਰਨਾ ਹੁੰਦਾ ਜਿਹੜਾ ਵੀ ਅੱਜ ਸਰਕਾਰ ਦਾ ਵਿਰੋਧੀ ਹੈ ਇਹ ਭਲੇਖਾ ਛੱਡ ਲਿਓ ਵੀ ਜੇ ਹਿੰਦੂਆਂ ਤੋਂ ਕੋਈ ਸਰਕਾਰ ਦਾ ਵਿਰੋਧ ਕਰਦਾ ਹੈ ਆਰਐਸਐਸ ਦਾ ਉਹਨੂੰ ਛੱਡ ਦੇ ਨੇ ਕਿਉਂਕਿ ਉਹ ਹਿੰਦੂ ਹੈ ਫਿਰ ਇਹਹੀ ਗੱਲ ਹੁੰਦੀ ਆ ਸਿਰਸੇ ਦੇ ਉੱਤੇ ਕਿੰਨੇ ਹੁਣ ਤਾਂ ਸਾਹਮਣੇ ਆ ਗਈ ਨਾ ਗੱਲ ਜਿਹੜਾ ਆਪਣਾ ਤੋਮਰ ਸਾਹ ਵਾਲਾ ਮਾਮਲਾ ਆਇਆ ਉਹਦੇ ਚ ਫਿਰ ਸਿੱਧੂ ਤੇ ਆਇਆ ਨਾ ਪਰ ਗੁਰਦੌਰੇ ਨੂੰ ਵਰਤੰਦਾ ਆਇਆ ਜੇ ਨਹੀਂ ਆਇਆ ਤਾਂ ਦੱਸੋ ਫਿਰ ਸਿਸਮ ਤਾਂ ਕਿਸੇ ਨੇ ਕੁਝ ਨਹੀਂ ਕਿਹਾ ਕਿਸੇ ਈਲੀ ਨੇ ਪੁੱਛਤਾਸ ਕਰੀ ਉਹਨਾਂ ਨੂੰ ਸੁਖਵਾਲ ਖੈਰ ਨੂੰ ਤਾਂ ਈਲੀ ਬੈਠਨ ਸੀ ਨਾ ਪੁੱਛਤਾ ਹੈ ਜੇ ਕੋਈ ਸੰਗੀਤ ਜੋੜ ਮੈਂ ਹੈ ਨਹੀਂ ਨਾ ਸੋ ਇਸ ਕਰਕੇ ਪ੍ਰੇਖ ਆਪਾਂ ਛੱਡ ਈਏ ਬਈ ਇਹ ਫਿਰ ਸੋ ਤਾਂ ਸਿੱਖਾ ਨਾ ਕਦਾ ਸਿੱਖੀ ਨਹੀਂ ਇਕੱਲੀ ਲੀਡਰ ਹੈ ਬਿੱਲੀ ਗੁਰਦੌਰੇ ਦਾ ਕਮੇਟੀ ਦਾ ਲੀਡਰ ਹੈ ਉਹ ਨਹੀਂ ਵੀ ਹੈ ਜੇ ਤੁਸੀਂ ਸਿਰਸੇ ਨੂੰ ਨਹੀਂ ਕੁਝ ਕਹਿ ਰਹੇ ਜੇ ਤੁਸੀਂ ਜਿਹੜੇ ਉਹਦੇ ਨਾਲ ਬਾਕੀ ਸਿੱਖ ਨੇ ਉਹਨਾਂ ਨੂੰ ਨਹੀਂ ਕੁਝ ਕਹਿ ਰਹੇ ਇਸ ਲਈ ਇਹ ਤੁਹਾਡੀ ਸਿੱਖਾ ਨਾਲ ਨਹੀਂ ਹੈ ਜਿਹੜੇ ਮੰਤਰੀ ਨੇ ਕੇਂਦਰ ਦੇ ਉਹ ਤਾਂ ਪੁਲਿਸ ਆਪ ਤਾਂ ਸਿੱਖ ਨੇ ਜੇ ਨਹੀਂ ਹੈਗਾ ਤਾਂ ਦੱਸੋ ਸੋ ਇਸ ਕਰਕੇ ਇਹ ਨੂੰ ਐ ਮੰਨਣ ਦੀ ਬਜਾਏ ਜਿਹੜਾ ਬੰਦਾ ਇਹਨੂੰ ਜਿਹਨਾਂ ਵੀ ਅੱਜ ਸਰਕਾਰ ਦਾ ਸਰਕਾਰ ਅੱਜ ਦੇਸ਼ ਦੇ ਵਿੱਚ ਲੋਕਾਂ ਨੂੰ ਪਾੜ ਕੇ ਨਫ਼ਰਤ ਫੜਾ ਕੇ ਦੇਸ਼ ਦੇ ਅਸਾਸੇ ਵੇਚ ਕੇ ਕਾਰਪੋਰੇਟ ਨੂੰ ਸਾਰਾ ਕੁਝ ਦੇ ਕੇ ਰਾਜ ਕਰਨਾ ਚਾਹੁੰਦੀ ਹੈ ਜਿਹੜਾ ਉਹਦਾ ਵਿਰੋਧ ਕਰਦਾ ਉਹ ਚਾਹੇ ਮੀਡੀਆ ਹੋਵੇ ਉਹ ਚਾਹੇ ਕੋਈ ਵਿਅਕਤੀ ਹੋਣ ਚਾਹੇ ਕੋਈ ਜਥੇਬੰਦੀ ਹੋਵੇ ਚਾਹੇ ਕੋਈ ਕਮਿਊਨਿਟੀ ਹੋਵੇ ਉਹ ਸਾਰੇ ਨੂੰ ਹੀ ਅੰਦਰ ਕਰਹੀ ਹੈ ਯੂਪੀਏ ਦੇ ਅੰਦਰ ਕੋਈ ਬਹਾਨਾ ਲਾ ਕੇ ਕਰਾਪਟ ਹੈ ਜੀ ਫਰਾਨਾ ਜੀ ਜਿਹੜਾ ਹੁਣ ਇਹ ਤੇ ਆਪ ਪਾਰਟੀ ਤੇ ਦਬੀਆ ਤੇ ਸਾਰਾ ਹਮਲਾ ਕਰਿਆ ਜਾ ਰਿਹਾ ਲੋਕਾਂ ਨੂੰ ਜਚਾਇਆ ਜਾ ਰਿਹਾ ਵੀ ਬੜੇ ਮਾਹ ਕਰਾਪਟ ਨੇ ਮੋਦੀ ਸਾਹਿਬ ਨੇ ਤਾਂ ਜਿਹੜੇ ਇਹਨਾਂ ਕੋਲ ਆ ਜਾਂਦੇ ਨੇ ਉਹ ਤਾਂ ਕਰਾਪਸ਼ਨ ਉਹ ਧੋਤੀ ਜਾਂਦੀ ਹੈ ਲੋਕ ਕਹਿੰਦੇ ਨੇ ਇਹ ਤਾਂ ਮਸ਼ੀਨ ਹੈ ਜੀ ਇਹ ਤਾਂ ਅਗਲੀ ਨਿਰਮਾ ਹੁੰਦਾ ਵਾਸ਼ਿੰਗ ਪਾਊਡਰ ਨਿਰਮਾ ਉਹਦੀ ਐਡ ਆਉਂਦੀ ਹੁੰਦੀ ਇਹ ਤਾਂ ਵਾਸ਼ਿੰਗ ਪਾਊਡਰ ਨਿਰਮਾ ਨੇ ਮੋਦੀ ਸਾਹਿਬ ਦੀ ਮਸ਼ੀਨ ਤਾਂ ਜਿਹੜਾ ਉਹਦੇ ਚੱਲ ਗਿਆ ਠੀਕ ਹੈ ਆ ਹੁਣੀ 11 ہزار ਵੋਟ ਕੋਲ ਹੋਈ ਹੋਈ ਜਿਹੜੀ ਪੋਸਟ ਬੈਠੀ ਸੀ ਉਹ ਕਿਤੇ ਚੋਰੀ ਚਾਰੀ ਜੋ ਵੀ ਹੈ ਦੋਸ਼ ਵਰਦੇ ਨੇ। ਔਰ ਡੀਐਮ ਨੇ ਕਿਹਾ ਕਿ ਮੈਨੂੰ ਤਾਂ ਪਤਾ ਹੀ ਨਹੀਂ ਵੀ ਇਹ ਤੇ ਜਿੰਦਾ ਖੋਲਿਆ ਗਿਆ। ਕਿ ਉਹਦੇ ਉਹਦੀ ਦਸਤੇਦਾਰਾ ਖੋਲਿਆ ਨਹੀਂ ਜਾ ਸਕਦਾ। ਇਹ ਤਾਂ ਮਚੋਰੀਆਂ ਖੋਲਿਆ ਗਿਆ। ਔਰ ਉੱਤੇ ਤਾਂ ਕੁਝ ਨਹੀਂ ਹੋਣਾ। ਇਸ ਕਰਕੇ ਆ ਪਾਈ ਇੱਕ ਗੱਲ ਆਏ ਨਾ ਮੰਨੀਏ। ਵੀ ਇਹ ਹੀ ਕਦੇ ਸਿੱਖਨ ਨਾਲ। ਗੱਭਗਿਆਂ ਨਾਲ ਤਾਂ ਇਸ ਕਰਕੇ ਕਿਉਂਕਿ ਪੰਜਾਬ ਦੀ ਬਰਖਣ ਤਾਂ ਕਰਕੇ ਤੱਕ ਹੈ। ਸਿੱਖੀ ਦੀ ਵੀ ਬਰਖਣ ਤਾਂ ਕਰਕੇ ਤੱਕ ਹੈ। ਪਰਤ ਕਾ ਵਿਰੋਧੀਆਂ ਕਰਕੇ ਆ ਜੇ ਸਿੱਖ ਅੱਜ ਮੰਨ ਲੈਣ ਕਿ ਅਸੀਂ ਕੇਸਰ ਦਾ ਵੀ ਹਿੰਦੂ ਆ ਅਸੀਂ ਦੇਸ਼ ਦੀ ਖੜਕ ਭੁਜਾਂ ਅਸੀਂ ਹਿੰਦੂਆਂ ਨੂੰ ਬਚਾਉਣ ਵਾਸਤੇ ਮੁਸਲਮਾਨਾਂ ਦਾ ਕਤਲ ਕਰਾਂਗੇ ਤੇ ਕਤਲ ਕਰਿਆ ਸੀ ਸਿੱਖਾਂ ਦੀ ਰਾਏ ਹਕਮਰਾਨਾਂ ਨਾਲ ਸੀ ਉਹ ਬਾਈ ਤਾਰਨ ਦੇ ਰਾਜਾ ਨਾਲ ਵੀ ਹੋਈ ਹੈ ਉਹ ਹਿੰਦੂ ਸੀ ਕਿ ਰਾਜੀ ਉਹ ਅਰੰਗ ਦੇਵ ਨਾਲ ਵੀ ਹੋਈ ਹੈ ਉਹ ਬਾਕੀ ਮੁਗਲਾਂ ਨਾਲ ਵੀ ਹੋਈ ਹੈ जिने ਛੇ ਤੇ 9 ਸਾਲ ਦੇ ਸਹਿਰ ਗਿਆਨ ਨੂੰ ਨੀਹਾ ਚ ਚਿਨਿਆ ਉਹ ਵੀ ਮੁਸਲਮਾਨ ਸੀ ਜਿਨੇ ਉਹ ਤੇ ਹਾ ਦਾ ਨਾਰਾ ਮਾਰੇ ਉਹ ਵੀ ਮੁਸਲਮਾਨ ਸੀ ਤੇ ਜਿਨੇ ਉਹਨਾਂ ਦੇ ਸੰਸਕਾਰ ਵਾਸਤੇ ਮੋਹਰਾ ਚ ਉਹਨਕੇ ਜ਼ਮੀਨ ਲਈ ਉਹ Hindu ਸੀ ਔਰ ਜਿਹੜਾ ਉਹਨਾਂ ਨੂੰ ਜਾ ਕੇ ਰਾਤ ਨੂੰ ਦੁੱਧ ਪਲਾਉਂਦਾ ਰਿਹਾ ਤੇ ਉਹਦਾ ਸਾਰਾ ਪੀੜ ਕੋਡੂ ਚ ਪੀੜਿਆ ਗਿਆ ਉਹ ਇੱਕ ਦੰਤ ਸੀ ਜਿਹੜਾ ਭਾਈ ਜੀਵਨ ਸਿੰਘ ਇੱਥੇ ਆ ਪ੍ਰਮਾਨ ਮਸ਼ੂਰ ਤੋਂ ਬਾਹਰ ਲੜਿਆ ਐਡਾ ਕੋਈ ਇੱਕ ਦੰਤ ਸੀ ਜਿਹੜੇ ਗਨੀਖਾਂ ਤੇ ਨਵੀਖਾਂ ਸੀਗੇ ਉਹ ਮੁਸਲਮਾਨ ਸੀਗੇ ਜਿਹੜਾ ਪੀਰ ਬੁੱਧੂ ਸ਼ਾਹ ਸੁਲੌਰੇ ਵਾਲਾ 500 ਆਪਦੇ ਮਰੀਦਾਂ ਨਾਲ ਆਪਦੇ ਬੱਚੇ ਸ਼ਹੀਦ ਕਰਾਏ ਉਹਨੇ ਉਹ ਮੁਸਲਮਾਨ ਸੀ ਸੋ ਇਹ ਇਸ ਕਰਕੇ ਆਪਾਂ ਜਿੱਤੋਂ ਦਰਬਾਰ ਸਾਹਿਬ ਜਿੱਥੇ ਅਸੀਂ ਰੋਜ਼ ਨਤਮਸਤ ਖੁੰਆ ਉਹਦੀ ਨੀਂਹ ਜਿਹਨੇ ਰੱਖੀ ਤੇ ਗੁਰੂ ਸਾਹਿਬ ਨੇ ਰਖਵਾਈ ਉਹ ਸائیں ਮਿਆਮੀ ਸੀ ਸੋ ਆਪਾ ਇਸ ਨੂੰ ਇਹ ਸਮਝੀਏ ਵੀ ਸਿੱਖੀ ਦਾ ਇੱਕ ਫਲਸਫਾ ਉਹ ਬਹੁਤ ਉੱਚਾ ਉਹਦਾ ਕਿ ਹਾਸ ਬਹੁਤ ਉੱਚਾ ਹੈ ਉਹ ਫਲਸਫਾ ਸਮਾਜ ਦੇ ਉਹ ਕੱਲਾ ਵਿਅਕਤੀਗਤ ਨਹੀਂ ਆ ਵੀ ਆਪਦੀ ਮੁਕਤੀ ਕਿਦਾਂ ਨਹੀਂ ਹੈ ਗੁਰੂ ਅੰਸਾ ਨੇ ਕਿਹਾ ਰਾਜ ਚਾਹੋ ਮੁਕਤ ਚਾਹੋ ਮੁਕਤੀ ਨਹੀਂ ਕੋਈ ਰੋੜਨੀ ਹੈ ਕਿ ਆ ਨਰਕ ਕਿ ਆ ਸੁਰਗ ਬਚਾਰਾ ਸੋ ਉਹ ਜਿਹੜਾ ਏਡਾ ਉੱਚਾ ਫਲਸਫਾ ਹੈ ਜਿਹੜਾ ਏਡਾ ਸ਼ਾਨਾ ਮੱਤਾ ਇਤਿਹਾਸ ਹੈ ਜਿਹਦੇ ਵਿੱਚ ਖੂਪਣੀਆਂ ਵਾਲੀਆਂ ਨੇ ਚਰਖੀਆਂ ਤੇ ਚੜੇ ਨੇ ਅਪਾ ਤਾਂ ਰੋਜ਼ ਅਰਦਾਸ ਕਰਦੇ ਨੇ ਬਾਕੀ ਤਾਂ ਆਪਣੇ ਸੀਧਾ ਨੂੰ ਆਏ ਨਹੀਂ ਯਾਦ ਕਰਦੇ ਉਹ ਤਾਂ ਕਦੇ-ਕਦੇ ਯਾਦ ਕਰਦੇ ਨੇ ਅਪਾ ਤਾਂ ਰੋਜ਼ ਯਾਦ ਕਰਦੇ ਆਂ ਕਿ ਦਿਨ 'ਚ ਕਈ ਵਾਰੀ ਪਤਾ ਨਹੀਂ ਕਿੰਨੇ ਕਰੋੜਾਂ ਅਰਦਾਸਾਂ ਹੁੰਦੀਆਂ ਨੇ ਰੋਜ਼ ਕਰੋੜਾਂ ਲੱਖਾਂ ਨਹੀਂ ਕੀ ਅਪਾ ਕਹਿੰਦੇ ਆ ਚਰਖਿਆਂ ਤੇ ਚੜ੍ਹੇ ਬੰਦ-ਬੰਦ ਕਟਾਏ ਹੈ ਧਰਮ ਨਹੀਂ ਹਾਰਿਆ ਸਿੱਖੀ ਕੇ ਸੰਸਵਸਾ ਨਾਲ ਨਿਭਾਈ ਇਹ ਕੀ ਹੈ ਇਹਨਾਂ ਨੇ ਪਤਾ ਵਿੱਚ ਪਰ ਤੁਮ ਪਗੋਤੀ ਸਿਮਰ ਕੇ ਗੁਰੂ ਨਾਨਕ ਲਈ ਚ ਆਏ ਪਤਾ ਨਾਮ ਵੀ ਬਜਾਇਨਾ ਲਈ ਚ ਆਏ ਪਤਾ ਬਿੰਦੀ ਕਟਰੀ ਤਾਂ ਕਿ ਵੀ ਉਹ ਗੁਰੂ ਨਾਨਕ ਦੇਵ ਜੀ ਨੇ ਵੀ ਉਹ ਸਾਰਾ ਪਗੋਧੀ ਦੀ ਮਤ ਉਹ ਪੂਜਾ ਕਰੀਏ। ਤੋਂ ਇਹ ਤਾਰ ਤਰੀਕੇ ਹੈਗੇ ਨੇ ਸਿੱਖ ਧਰਮ ਜੀ ਮੰਨਦੇ ਵੀ ਸਾਡਾ ਭੰਡਾਰਾ ਜਿਹੜਾ ਸਾਡਾ ਸੰਗਤ ਹੈ ਸੌਰੀ ਕੰਕਾ ਚ ਲੰਗਰ ਇਹ ਭੰਡਾਰੇ ਦਾ ਰੂਪ ਹੈ। ਜਿਹੜੀ ਸਾਡੀ ਸੰਗਤ ਹੈ ਇਹ ਤੁਹਾਡੇ ਜਿਹੜੇ ਭਜਨ ਮੰਡਨੀਆਂ ਸੀ ਉਹਦਾ ਹੀ ਰੂਪ ਹੈ। ਤੇ ਅਸੀਂ ਜਿਹੜਾ ਸਾਡਾ ਸਰੂਪ ਹੈ ਏ ਕੇ ਸਤਾਰੀ ਹਿੰਦੂਆ ਸੀ ਉਹਦੇ ਰਿਸ਼ੀਆਂ ਮੁਣੀਆਂ ਵਾਲਾ ਹੀ ਹੈ ਤੇ ਜਿਹੜੇ ਸਾਡਾ ਏ ਇਸਤ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਇਹ ਵੇਦਾਂ ਦਾ ਹੀ ਨਿਚੋੜ ਨੇ ਫਿਰ ਉਹਨਾਂ ਨੂੰ ਪੂਰਾ ਤਰਾਜ ਜਿੰਨਾ ਜਿਹੜਾ ਅਸੀਂ ਕਹਿੰਦਾ ਸੀ ਬਰਖਣਾ ਸਾਡਾ ਆਪਣਾ ਧਰਮ ਗ੍ਰੰਥ ਨੇ ਸਾਡੇ ਆਪਣੇ ਗੁਰੂ ਨੇ ਸਾਡਾ ਆਪਣਾ ਇਤਿਹਾਸ ਹੈ ਸਾਡਾ ਆਪਣਾ ਰਹਿਣਾ ਬਹਿਣਾ ਸਾਡੀ ਆਪਣੀ ਬੁੱਢੀ ਹੈ ਸਾਡਾ ਆਪਣਾ ਸੱਭਿਆਚਾਰ ਹੈ ਸਾਡੀ ਆਪਣੀ ਰੋਹਾਨੀਅਤ ਹੈ ਸਾਡੀ ਆਪਣੀ ਇਨਸਾਨੀਅਤ ਹੈ ਜਿਹੜੀ ਬੜਖਣਾ ਜਿਹੜੀ ਕਿਰਤੇ ਚਾਹਦੀ ਹੈ ਉਹਨਾਂ ਚਿਰ ਸਾਡੇ ਨਾਲ ਵਿਰੋਧ ਹੈ ਉਹਨਾਂ ਦਾ ਸੋ ਇੱਕ ਵਿਰੋਧ ਤਾਂ ਇਸ ਤਰ੍ਹਾਂ ਦਾ ਹੈ ਦੂਜਾ ਵਿਰੋਧ ਸਾਡੇ ਨਾਲ ਇਹ ਹੈ ਕਿ ਅਸੀਂ ਸਰਕਾਰ ਨੂੰ ਉਹਦੀਆਂ ਗਲਤ ਨੀਤੀਆਂ ਦੇ ਖਿਲਾਫ ਬੋਲਦੇ ਆਂ ਅਸੀਂ ਕਹਿੰਦੇ ਰਾਜੇ ਸੀ ਮੁਕਦਮ ਕੁੱਤੇ ਜਾਏ ਜਗ੍ਹਾ ਨੇ ਬੈਠੇ ਅਸੀਂ ਕਹਿੰਦੇ ਆ ਵੱਡੀ ਲੈ ਕੇ ਜੇਨ ਗਵਾਹੀ ਦੁਰਮਤ ਕਾ ਗੱਲ ਪਾਹਾ ਹੈ ਅਸੀਂ ਮਾੜੇ ਨੂੰ ਮਾੜਾ ਕਹਿੰਦੇ ਆ ਅਸੀਂ ਕਹਿੰਦੇ ਆ ਦੇ ਕੇ ਚੌਕਾ ਕੱਢੀ ਘਾਰ ਉਪਰ ਆਏ ਬੈਠੇ ਕੁੜਿਆ ਅਸੀਂ ਕਹਿੰਦੇ ਆ ਡਾਕੀ ਅੱਤ ਸੱਤੀ ਸੁਣਾਈ ਕੋਲਾ ਪੰਤੋਂ ਨਾ ਜਾਈ ਅਸੀਂ ਕਹਿੰਦੇ ਆ ਇਹ ਕਿਉਂਕਿ ਅਸੀਂ ਕਹਿੰਦੇ ਹਾਂ ਅਸੀਂ ਕਹਿੰਦੇ ਹਾਂ ਜੇ 모ਹਾ ਕਾ ਘਰ 모헤 ਘਰ 모헤 ਪਿਤਰੀ ਦੇ ਅੱਗੇ ਵਸਤ ਸਿਆਣੀਆਂ ਪਿਤਲੀ ਚੋਰ ਕਰੇ ਤੁਸੀਂ ਕਹਿੰਦੇ ਹਾਂ ਅਸੀਂ ਕਹਿੰਦੇ ਹਾਂ ਹਮ ਕਰਤ ਨਹੀਂ ਤੇ ਤਾਣਾ ਗੰਠ ਜਿਨੇ ਹੋ ਤੁਹਾਰੇ ਹੁਣ ਤਾਂ ਅ ਅ ਅ ਪੂਜੋ ਕੀਆ ਤੇ ਗੋਵਿੰਦ ਰਦੇ ਹਮਾਰੇ ਤੁਮ ਤਾਂ ਜਾਤੋ ਬੇਜ ਗਾਇਤਰੀ ਗੋਵਿੰਦ ਰਦੇ ਹਮਾਰੇ ਅਜਿਹਾ ਕਹਿੰਦੇ ਹਾਂ ਇਹ ਤੁਸੀਂ ਜਦੋਂ ਉਹਨਾਂ ਦਾ ਪਾਸ ਕਰ ਜਿਵੇਂ ਗਾਇਕਰੀ ਦਾ ਅਜਿਹਾ ਗੋਵਿੰਦ ਨੂੰ ਅਜਿਹਾ ਰੋਜ਼ ਕਹਿੰਦੇ ਆ ਫਿਰ ਇਸ ਕਰਕੇ ਜਿਹੜਾ ਕੁਛ ਸਿਆਸੀ ਤਾਂ ਕਹਿੰਦੇ ਆ ਉਹ ਕਹਿੰਦੇ ਨੇ ਵੀ ਫਰਕ ਹੈ ਅਸੀਂ ਕਹਿੰਦੇ ਆ ਆਵ ਲਓ ਕਿ ਨੂਰ ਪਾਇਆ ਕੁਦਰਤ ਦੇ ਸਭ ਬੰਦੇ ਤੁਹਾਨੂੰ ਤਾਂ ਬਾਬੇ ਨੇ ਦੱਸਦਾ ਜਿਹ ਤੋ ਪ੍ਰੇਮ ਖੇਡਣ ਕਾ ਸਿਰ ਤੱਕ ਚਲੀ ਗਈ ਅਸਲ ਰੋਜੀ ਸਿਰ ਤੱਕ ਚੱਲ ਰਿਹਾ ਹੈ ਪਰ ਇਹਨੂੰ ਐ ਨਾ ਮੰਨੀਏ ਵੀ ਕਰਦੇ ਸਾਡੇ ਨਾਲ ਹੋ ਰਿਹਾ ਸਾਡੇ ਨਾਲ ਇਸ ਕਰਕੇ ਵੀ ਹੋ ਰਿਹਾ ਹੈ ਕਿ ਪਰ ਜਿਹੜਾ ਵੀ ਵਿਰੋਧ ਕਰੂਗਾ ਉਹਦਾ ਕਿਉਂਕਿ ਸਿੱਖੀ ਜ਼ਿਆਦਾ ਵਿਰੋਧ ਕਰਦੀ ਹੈ ਬਾਕੀਆਂ ਦੇ ਮੁਕਾਬਲੇ ਫਿਰ ਜਿਹੜਾ ਜ਼ਿਆਦਾ ਵਿਰੋਧ ਕਰੂ ਭਾਈ ਉਹਨੂੰ ਪ੍ਰਸ਼ਾਦ ਵੀ ਤਾਂ ਜ਼ਿਆਦਾ ਹੀ ਮਿਲੂ ਜੇ ਇਹਨੂੰ ਪ੍ਰਸ਼ਾਦ ਕਹਿੰਦੇ ਆਂ ਅਸੀਂ ਤਾਂ ਕਹਿੰਦੇ ਆਂ ਵੀ ਸ਼ਹੀਦੀ ਸਾਡੇ ਵਾਸਤੇ ਗੁੰਗੇ ਗੁਰਖਾਇਆ ਪੁੱਛੇ ਚ ਕਹਿ ਕੇ ਇਹ ਸਾਡੀ ਧਾਕੀ ਤੇ ਸ਼ਕਤੀ ਦੋਨੇ ਬਰਾਬਰ ਚੱਲਦੀਆਂ ਨੇ ਇਸੇ ਕਰਕੇ ਮੀਰੀ ਪੀਰੀ ਦੀ ਤਲਵਾਰ ਹੈ ਇਸੇ ਕਰਕੇ ਦਰਬਾਰ ਸਾਹਿਬ ਤੇ ਕਲ ਤੱਕ ਸਾਹ ਪੈਰਲਲ ਨਹੀਂ ਸਾਡੀ ਮੀਰੀ ਪੀਰੀ ਹੈ ਸਾਡੀ ਭਗਤੀ ਵੀ ਹੈ ਸਾਡੀ ਸ਼ਕਤੀ ਵੀ ਹੈ ਸਾਡੀ ਇਨਸਾਨੀਅਤ ਵੀ ਹੈ ਸਾਡੀ ਰੂਹਾਨੀਅਤ ਵੀ ਹੈ ਇਹ ਟਕੜੇ ਆ ਫਿਰ ਟਕੜੇ ਇੰਨਾ ਜ਼ਿਆਦਾ ਮਾਰ ਕਹਿੰਦੀ ਹੋਈ ਹੈ ਜਿਹੜੀ 베ਰੀ ਤੇ ਜ਼ਿਆਦਾ 베ਰ ਲੱਗੇ ਹੋਣਗੇ ਮਿੱਠੇ ਉਹਦੇ ਉੱਤੇ ਤਾਂ ਵੱਟੇ ਜ਼ਿਆਦਾ ਹੀ ਮਾਰਦੇ ਨੇ ਸੋ ਇਸ ਕਰਕੇ ਸਾਡੇ ਨਾਲ ਜਿਹੜਾ ਵਿਤਕਰਾ ਹੋ ਰਿਹਾ ਹੁਣ ਪਰ ਜਿਹੜਾ ਵੀ ਵਿਰੋਧ ਕਰੇਗਾ ਕਿਉਂਕਿ ਅਸੀਂ ਜ਼ਿਆਦਾ ਡਟ ਕੇ ਕਰਦੇ ਆ ਅੱਜ ਤੱਕ ਸਾਨੂੰ ਜ਼ਿਆਦਾ ਡੰਗਾ ਪੈਂਦੀਆਂ ਨੇ ਕਿ ਕਿਸਾਨੀ ਦੇ ਅੰਦਰ ਵੀ ਆਪਣੇ ਆਦੀਦਾਰੀ ਪੂਰੀ ਕੀ ਘੱਟ ਹੈ ਨਾ ਹੁਣ ਜਿਹੜਾ ਵਾਰ-ਵਾਰ ਕਿਹਾ ਗਿਆ ਹੈ ਪ੍ਰਾਲੀ ਚ ਹੋਰ ਕਿਸੇ ਨੂੰ ਨਹੀਂ ਕਿਹਾ ਜਾਂਦਾ ਕੱਲੇ ਪੰਜਾਬ ਨੇ ਵੀ ਕਿਹਾ ਜਾਂਦਾ ਬਾਕੀ ਜਗ੍ਹਾ ਤੇ ਪ੍ਰਾਲੀ ਨਹੀਂ ਹੁੰਦੀ ਸੋ ਇਸ ਕਰਕੇ ਆਪਾਂ ਛਾੜਾ ਮਾਰ ਕੇ ਪਹੁੰਚ ਜਾਂਦੇ ਪ੍ਰਾਲੀ ਦਿੱਤੀ ਸਤਾਈ ਸਮਝ ਕੇ ਚੱਲ ਗਏ ਮਾਫ ਕਰਨਾ ਢੀਡੇ ਬੰਦੇ ਅੱਜ ਤੁਸੀਂ ਸਹੀ ਕਿਹਾ ਹੈ ਕਿ 2024 ਵਾਸਤੇ ਸਾਨੂੰ ਦਰਿੰਦੇ ਬਣਾ ਕੇ ਖਾਲਿਸਤਾਨੀ ਬਣਾ ਕੇ ਦੇਸ਼ ਨੂੰ ਤੋੜਨ ਵਾਲੇ ਬਣਾ ਕੇ ਦੇਸ਼দ্রোহੀ ਬਣਾ ਕੇ ਖੜੇ ਕਰਨ ਦੀ ਕੋਸ਼ਿਸ਼ ਹੈ ਔਰ ਇਹ ਨਿੰਦਿਆ ਕਰਨ ਦੀ ਡੋਲ ਹੈ ਸੀ ਇਹਦੀ ਵਜਾ ਕੀ ਤੇ ਭੜਕਣ ਦੀ ਵਜਾਏ ਕਿ ਅਸੀਂ ਸਭ ਤੋਂ ਜ਼ਿਆਦਾ ਕੁਰਬਾਨੀਆਂ ਕਰਦਿਆਂ ਅਸੀਂ ਸਭ ਤੋਂ ਵੱਡੇ ਦੇਸ਼ ਭਗਤਾਂ ਅਸੀਂ ਹੱਨ ਪੈਦਾ ਕਰਕੇ ਦਿੱਤਾ ਹੈ ਅਸੀਂ ਦੇਸ਼ ਆਜ਼ਾਦ ਕਰਾਉਣ ਦੇ ਵਿੱਚ ਸਭ ਤੋਂ ਵੱਧ ਭੂਮਿਕਾ ਨਿਭਾਈ ਹੈ ਅਸੀਂ ਰਿੰਦੇ ਨਹੀਂ ਹੈਗੇ ਅਸੀਂ ਧਰਮ ਨੂੰ ਛੱਡ ਕੇ ਜਾਤ ਨੂੰ ਛੱਡ ਕੇ ਨਸਲ ਨੂੰ ਭੁੱਟ ਕੇ ਸਾਡੇ ਗੁਰੂ ਸਾਹਿਬ ਦਾ ਹੁਕਮ ਮੰਨ ਕੇ ਅਸੀਂ ਜਿਹੜਾ ਸਾਡਾ ਵਿਰੋਧ ਕਰਦਾ ਉਹਨੂੰ ਵੀ ਡੰਗਰ ਛਕਾਉਣ ਆ ਰਹੇ ਹਾਂ ਇਸ ਕਰਕੇ ਆਪਾਂ ਨੂੰ ਉਸ ਗੁਰੂ ਦੇ ਉੱਤੇ ਭਰੋਸਾ ਰੱਖਦੇ ਹੋਏ ਮਾਨਸਿਕ ਜਦ ਜਾਤ ਸਵੇ ਕਾ ਪਹਿਚਾਨ ਬੋ ਦੇ ਤੀ ਚੱਲਣਾ ਚਾਹੀਦਾ ਹੈ ਕਿ ਬਾਕੀ ਇਹ ਗੱਲ ਜ਼ਰੂਰ ਹੈ ਕਿ ਬਹਿ ਜਾ ਮਾਨ ਲਾ ਕੇ ਤਵੇ ਤਰੋਸ ਜਾਗੇ ਜੇ ਸਾਨੂੰ ਕਹਿਣਗੇ ਤਾਂ ਰੋਸ ਜਾਗੇਗਾ ਪਰ ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਬੀ ਜਿਹੜਾ ਸਾਗਰ ਦੇ ਵਿੱਚ ਸਾਨੂੰ ਜਾਲ ਪਾ ਕੇ ਰੱਖਿਆ ਹੈ ਇਹ ਸਮਝ ਲਈ ਉਹ ਜਾਲ ਹੈ ਚੋਬੀ ਵਾਸਤੇ ਇਹ ਜਾਲ 'ਚ ਨਾ ਫਸ ਜੀ ਇਹਨਾਂ ਤੇ ਭਰੋਸਾ ਕਰਕੇ ਕਿਉਂਕਿ ਦੂਜੇ ਪਾਸੇ ਬਾੜ ਦੀ ਸੁਪਲਾਣਾ ਜੇ ਉਹ ਬਹੁਤ ਉੱਚ ਮਨਾਂ ਦੀ ਆਪਾਂ ਭਰੋਸਾ ਕਰਕੇ ਜਾਲ 'ਚ ਫਸਣ ਤੋਂ ਬਚੀਏ ਬੜਕੇ ਕਦੇ ਆਪ ਹੀ ਨਾ ਬਚੀਏ ਇਸ ਮੁਲਕ ਨੂੰ ਬਚਾਈਏ ਆਪਾਂ ਮੁਲਕ ਵਾਸਤੇ ਪਹਿਲਾਂ ਵੀ ਕੁਰਬਾਨੀਆਂ ਦਿੱਤੀਆਂ ਨੇ ਹੁਣ ਵੀ ਸਿਆਣਪ ਨਾਲ ਅਸੀਂ ਕੋਈ ਬੇਵਕੂਫੀ ਨਾਲ ਨਹੀਂ ਲੜੇ ਕਦੇ ਉਗਲ ਵੱਖਰੀ ਜਿੱਤਨ ਹਾਰ ਸਿਆਣ ਬਣਾ ਕਰੀਏ ਇਹ ਤਾਂ ਜਦੋਂ ਇੰਤਸ਼ਾਹ ਦਾਦੀ ਔਰਤਾਂ ਨੂੰ ਬੰਨ ਬੰਨ ਕੇ ਲੈ ਕੇ ਜਾਂਦਾ ਹੁੰਦਾ ਸੀ ਨਾ ਈ ਤਾਂ ਖੁੱਡਾਂ 'ਚ ਵੱਟ ਜਾਂਦੇ ਸੀ ਇਤਿਹਾਸ 'ਚ ਇੱਕ ਦਿਨ ਦਿਖਾਓ ਇਹਨਾਂ ਨੇ ਉਹਨਾਂ ਔਰਤਾਂ ਨੂੰ ਛੁਡਾਇਆ ਹੋਵੇ ਇਸੇ ਖਾਨੇ ਛੁਡਾਇਆ ਗੋਇੰਦਵਾਲ ਦੇ ਪਤਨ ਤੇ ਜਾ ਕੇ ਛੁਡਾ ਕੇ ਉਹਨਾਂ ਨੂੰ ਕੋ ਰੋਗਰੀ ਛੱਡ ਕੇ ਆਏ ਕਿਸੇ ਔਰਤ ਨੂੰ ਕੁਝ ਕਿਹਾ ਹੋਵੇ ਇਹ ਜੋ ਹੱਬੜ ਕੇ ਪੈਂਦੇ ਨੇ ਇਹਨੂੰ ਤਾਂ ਔਰਤ ਦੀ ਜੇ ਪਤਾ ਨਹੀਂ ਇਹਨਾਂ ਨੂੰ ਕੀ ਲੱਗਦਾ ਉਹਦਾ ਸਾਡੇ 바ਬਿੰਦ ਦੇ ਕਹੇ ਮਨ ਕਾ ਸੂਤ ਕੋ ਲੋ ਭਾ ਜੇ ਬਾ ਸੂਤ ਕੋੜ ਅੱਖੀ ਸੂਤ ਕ ਵੇਖਣਾ ਪਰ ਤਿਰਿਆ ਪਰ ਤਨਰੂ ਜੀ ਤੋ ਹੁਕਮ ਦੇ ਪਾਲਣ ਕਰਦੇ ਸਿਸ ਕਰਕੇ ਪ ਦੇਖਾ ਨਾ ਰੱਖੀ ਆਪਾਂ ਅੱਜ ਇਸ ਗੱਲ ਨੂੰ ਸਮਾਪਤ ਕਰਦੇ ਹੋਏ ਮੈਂ ਤਾਂ ਇੱਕੋ ਬੇਨਤੀ ਕਰਾਂਗਾ ਕਿ ਇੱਕ ਪਾਸੇ ਹੁਕਮਰਾਨਾਂ ਦੀ ਚਾਲ ਹੈ ਜਿਹੜੀ ਹੁਕਮਰਾਨ ਤੇ ਨਾਲ ਜਿਹੜੀ ਪਾਰਟੀ ਰਾਜ ਕਰਦੀ ਹੈ ਜਿਹੜੀ ਵਿਚਾਰਧਾਰਾ ਰਾਜ ਕਰਦੀ ਹੈ ਉਹਦੇ ਆ ਇੱਕ ਪਾਸੇ ਸਾਡੇ ਤੇ ਇਹ ਹੈ ਕਿ ਸਾਨੂੰ ਵਕਵਾਦੀ ਅਤਵਾਦੀ ਰਾਸ਼ਟਰ ਰੂਪੀ ਕਹਿ ਕੇ 2024 ਚ ਜਿੱਤਣਾ ਦੂਜਾ ਸਾਡੇ ਦੇ ਉੱਤੇ ਸਾਡੇ ਧਰਮ ਤੇ ਸਾਡੀ ਜਿਹੜਾ ਸਰੂਪ ਤੇ ਸਾਡੇ ਇਸ਼ਟ ਤੇ ਉਹ ਹਮੜਾ ਉਹ ਹਮੜਾ ਇਹ ਹੈ ਕਿ ਤੁਸੀਂ ਆਪਣੇ ਆਪ ਨੂੰ ਸਾਡਾ ਹਿੱਸਾ ਮੰਨੋ ਜਾਂ ਤੁਸੀਂ ਆਪਣਾ ਉਹਨੂੰ ਵਿਰੱਖਣ ਮੰਨਦੇ ਹੋ ਤੇ ਫਿਰ ਅਸੀਂ ਤੁਹਾਨੂੰ ਕੋਟਾਂਗੇ ਔਰ ਅਸੀਂ ਕਹਿੰਦੇ ਆ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਈ ġਿਉਂ ġਿਉਂ ਮੰਨੂ ਵੱਡਦਾ ਅਸੀਂ ਦੂਨ ਸੋਏ